ਪੰਜਾਬ ਅਤੇ ਪੰਜਾਬੋਂ ਬਾਹਰ ਬੈਠੇ ਮੇਰੇ ਸਨੇਹੀ ਦੋਸਤ, ਮੇਰੇ ਆਲੋਚਕ ਅਤੇ ਮੇਰੇ ਖੈਰ ਗਵਾਹ ਦੋਸਤੋ, ਨਮਸਤੇ, ਸਤਿ ਸ਼੍ਰੀ ਅਕਾਲ ਅਤੇ ਸਲਾਮ ਕਬੂਲ ਕਰੋ। ਤੁਸੀਂ ਮੇਰੀਆਂ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਤੁਹਾਡੇ ਪਿਆਰ ਸਦਕੇ ਮੇਰੀਆਂ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਡੁਪਲੀਕੇਟ ਸੀਡੀਆਂ ਨਾ ਖਰੀਦੋ, ਓਰੀਜਨਲ ਕੈਸਟਾਂ ਹੀ ਖਰੀਦੋ, ਕਿਉਂਕਿ ਡੁਪਲੀਕੇਟ ਜਿਹੜੀ ਸੀਡੀ ਹੁੰਦੀ ਹੈ ਉਹਦੇ ਵਿੱਚ ਕੁਆਲਿਟੀ ਵੀ ਅੱਛੀ ਨਹੀਂ ਹੁੰਦੀ ਅਤੇ ਉਹ ਕੱਟੀ ਵੀ ਹੁੰਦੀ ਹੈ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ, ਅਗਰ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਓਰੀਜਨਲ ਸੀਡੀਆਂ ਹੀ ਖਰੀਦੋ। ਆਓ ਵੇਖਦੇ ਹਾਂ ਫੈਮਿਲੀ 425। ਗੁੰਡੇ ਲਾ ਲੈ ਡਰ ਕੇ ਜੱਟ ਤੋਂ, ਓਏ ਜਿੱਥੇ ਮਰਜ਼ੀ ਲੁਕ ਜਾਓ ਮੈਂ ਤਾਂ ਤੁਹਾਨੂੰ ਪਤਾਲ ਚੋਂ ਵੀ ਕੱਢ ਲੂੰਗਾ। ਬਾਪੂ ਬਾਪੂ ਤੂੰ ਬੰਦੂਕ ਚੱਕ ਕੇ ਲੈ ਆਪਣੀ, ਆਪਾਂ ਨੇ ਅੱਜ ਦੁਸ਼ਮਣ ਦੀ ਭਾਜੀ ਮੋੜਨੀ ਆ। ਓਏ ਕਿਹਦੀ ਕਿਹਦੀ ਭਾਜੀ ਮੋੜੇਗਾ, ਭਾਜੀ ਮੋੜਨ ਤਾਂ ਤੈਨੂੰ ਸਾਰੀ ਉਮਰ ਲੰਘ ਜੂ, ਕਿਹਦੀ ਕਿਹਦੀ ਭਾਜੀ ਮੋੜੇਗਾ ਤੂੰ? ਮੇਰੀ ਗੱਲ ਸੁਣ, ਮੈਂ ਪਿੰਡ ਦੇ ਨਾਲ ਤੈਨੂੰ ਵੀ ਫੂਕ ਦੂੰ, ਉਹ ਟੈਂਕੀ ਤੇ ਚੜ ਕੇ ਗ੍ਰੇਨੇਡ ਚਲਾਊਗਾ ਸੰਨੀ ਦਿਓਲ। ਓਏ ਕੁੱਤੇ ਮੰਗੂ ਭੌਂਕੀ ਜਾਣਾ, ਗੱਲ ਦੱਸ ਕੀ ਹੋ ਗਈ? ਕਿਸੇ ਦਾ ਕੋਈ ਕਸੂਰ ਨਹੀਂ, ਸਾਰਾ ਕਸੂਰ ਤਾਂ ਤੇਰੀ ਗੰਦੀ ਲਾਤ ਦਾ। ਬਰਾਚਨ ਤੋਂ ਪਹਿਲੀ ਪੈਗ ਲਾ ਲਿਆ ਸੀ, ਅੱਜ ਤਾਂ ਪਹਿਲੀ ਸਮਝ ਗਏ ਤੇ, ਅੱਜ ਇਹ ਛੇਤਰ ਖਾ ਕੀ ਰਹੂ। ਮੈਂ ਤਾਂ ਕਿਹਾ ਸੀ ਇਹਨੂੰ ਬਰਾਤ ਨਾ ਤੋਰੋ ਨਾ ਤੋਰੋ, ਤੁਸੀਂ ਕਹਿੰਦੇ ਤਰੀਕੇ ਦਾ ਮਾਮਲਾ। ਓਹੋ ਉਹ ਕੀ ਗੱਲ ਹੋ ਗਈ, ਲੜ ਪਿਆ ਸੀ ਕਿਸੇ ਨਾਲ ਬਰਾਤ ਚ? ਡਾਂਸਰਾਂ ਦਾ ਹੱਥ ਫੜ ਫੜ ਕੇ ਨੱਚਦਾ ਸੀ। ਇੰਨਾ ਗੰਦ ਪਾਇਆ ਬਸ ਪੁੱਛੀ ਕੁਛ ਨਾ, ਤੂੰ ਦੱਸ ਰੋਡੂ। ਮਿੰਤਾ ਦੱਸ ਦੇ ਨੂੰ ਸ਼ਰਮ ਆਉਂਦੀ ਆ। ਓਏ ਹੁਣ ਕੋਈ ਦੱਸੂਗਾ ਵੀ ਕੋਈ ਵੀ ਕੀ ਗੱਲ ਹੋ ਗਈ? ਡਾਂਸਰਾਂ ਨਾਲ ਨੱਚਦੇ ਨੱਚਦੇ ਇੱਕ ਡਾਂਸਰ ਦੇ ਚੁੰਡੀ ਵੱਜ ਲਈ, ਫੇਰ ਹੋ ਗਿਆ ਸ਼ੁਰੂ ਕੁਟਾਪਾ। ਮੁੰਡੇ ਵਾਲੇ ਨੇ ਕੁੱਟਿਆ, ਹੋਰ ਤਾਂ ਹੋਰ ਕੁੜੀ ਵਾਲੇ ਨੇ ਵੀ ਕੁੱਟਿਆ, ਹੋਰ ਤਾਂ ਹੋਰ ਸਾਰੇ ਵੇਟਰਾਂ ਨੇ ਵੀ ਕੁੱਟਿਆ, ਬਾਪੂ ਵਾਜੇ ਵਾਲਿਆਂ ਨੇ ਵੀ ਕੁੱਟਿਆ। ਮੇਰਿਆ ਸਾਲਿਆ ਅੱਗੇ ਨਾ ਬਣੀ, ਕਤਲ ਹੋ ਜਾਂਦੇ ਹੁੰਦੇ ਨੇ ਇਹਨੂੰ, ਮੈਂ ਕਰਾਉਣਾ ਕਤਲ। ਹਲ 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 ਮੇਰਾ ਸਾਲਾ ਕੁੜੀਆਂ ਛੇੜਦਾ, ਹਲ ਹਲ ਹੁਣ ਦੱਸ ਨਾ ਦੋਤਰਾ, ਹਲ ਹਲ ਤੈ ਨਹੀਂ ਕਦੇ ਕੋਈ ਪੱਤਰਕਾਰਾ ਕਰਿਆ, ਕਿਵੇਂ ਬੋਕ ਟੱਟਦਾ ਹੈ ਸਾਲਾ ਥੁੱਕਲ ਕੁਜਾ। ਯਾਰੇ ਬੰਦਾ ਕਦੇ ਨਹੀਂ ਸੁਧਰਦਾ। ਕੋਈ ਨਾ ਬੁੜਿਆ, ਆ ਟੱਕੀ ਤੇ ਚੜ ਕੇ ਥੱਲੇ ਛਾਲ ਮਾਰੂ, ਪੱਕੇ ਤੌਰ ਤੇ ਮਰੂਗਾ ਜੱਟ। ਜੱਟ ਨਾ ਕਹੀ ਜੇ ਨਾ ਮਰਿਆ, ਯਾਰ ਮੈਂ ਕਿਉਂ ਮਰਾਂ ਜੱਟ ਮਰੇ ਹੈਂ।
ਚੱਲ ਬਈ ਆਪਣੇ ਵੱਲੋਂ 200% ਮੁਕੰਮਲ ਬੰਦਿਆ ਲੈ ਬਈ ਨਜ਼ਾਰੇ ਸਾਡੀ ਦਿਨ ਵਰ ਕੀ ਰਬਰਾਤ ਹੋਵੇ ਸਾਡੀ ਦਿਨ ਵਰ ਕੀ ਰਬਰਾਤ ਹੋਵੇ ਬਿਨਾਂ ਬਦਲਾ ਤੋਂ ਬਰਸਾਤ ਹੋਵੇ ਬਿਨਾਂ ਬਦਲਾ ਤੋਂ ਬਰਸਾਤ ਹੋਵੇ ਆਪੋ ਤੇ ਚੱਲੀਏ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ ਸਾਡੀ ਦਿਨ ਵਰ ਕੀ ਰਬਰਾਤ ਹੋਵੇ ਸਾਡੀ ਦਿਨ ਵਰ ਕੀ ਰਬਰਾਤ ਹੋਵੇ ਕੀੜੇ ਪੈਣਗੇ ਕੀੜੇ
ਉਹ ਮਾਰੀ ਨਾ ਜੇ ਬੱਖੀ ਚ ਮੁੱਕੀ ਮੇਰੇ ਸੜ ਤੇ ਰਾਤ ਪਾਦੂ ਰਾਤ ਹੱਥ ਨਾ ਲਾ ਦੀ ਮੈਨੂੰ ਕਿਤੇ ਕਿਉਂ ਤੇਰਾ ਸੌਦਾ ਹੋਇਆ ਹੋਇਆ ਸੌਦਾ ਤੁਹਾਡੇ ਖਾਨਦਾਨ ਚ ਹੁੰਦਾ ਨਾ ਸਾਡੇ ਨਹੀਂ ਅਸੀਂ ਤਾਂ ਇੱਜ਼ਤ ਵਾਲੇ ਆ ਜੈਲਦਾਰ ਹੁੰਨੇ ਜੈਲਦਾਰ ਉਹ ਜਾਣਦਾ ਤੁਹਾਡੀ ਇੱਜ਼ਤ ਨੂੰ ਸਾਲੇ ਇੱਕ ਨੰਬਰ ਦੇ ਚੋਰ ਲੱਗ ਵੇ ਅਸੀਂ ਨੱਖ ਹੁੰਨੇ ਨੱਖ ਤੁਸੀਂ ਅਨਪੜ੍ਹ ਗਵਾਰ ਹੈ ਸਾਡੀ ਸਾਰੀ ਫੈਮਿਲੀ ਪੜ੍ਹੀ ਲਿਖੀ ਮੇਰੇ ਵੱਡੇ ਭਰਾ ਨੇ ਐਮ ਏ ਕੀਤਾ ਛੋਟੇ ਨੇ ਬੀ ਏ ਕੀਤਾ ਤੇ ਤੇਰੀ ਮਾਂ ਨੇ ਗੁੱਸੇ ਚ ਆ ਕੇ ਫਿਰ ਹੈਡ ਮਾਸਟਰ ਕਰਿਆ ਉਹਨੂੰ ਛੱਡ ਕੇ ਫਿਰ ਨਚਾਰ ਕਰਿਆ ਤੇਰਾ ਬੇੜਾ ਬਹਿ ਜਾ ਮਰ ਜਾਣੇ ਦਾ ਹੈ ਮੇਰੇ ਬਖਤਾਵਰ ਜੈਲਦਾਰ ਬਾਪ ਨੂੰ ਤੂੰ ਨਚਾਰ ਦੱਸਦਾ ਮੇਰਾ ਬਾਪ ਤਾਂ ਇਹੋ ਜਿਹਾ ਜੇ ਕਿਸੇ ਵੇਲੇ ਵੇਖ ਲਵੇ ਨਾ ਤਾਂ ਉੱਥੇ ਬੰਦਾ ਥਾਂ ਹੀ ਮਰ ਜਾਂਦਾ ਜਾਣਦਾ ਤੁਹਾਡੀ ਇੱਜ਼ਤ ਨੂੰ ਉਹ ਮੈਨੂੰ ਕੱਲੇ ਨੂੰ ਨਹੀਂ ਆ ਪੂਰੀ ਦੁਨੀਆ ਜਾਣਦੀ ਆ ਜੈਲਦਾਰਾਂ ਦੇ ਗੰਦੇ ਖਾਨਦਾਨ ਨੂੰ ਹੈ ਪਿਓ ਤੇਰਾ 2 ਰੁਪਏ ਤੇ 200 ਠੁਕੇ ਲਾਉਂਦਾ ਹੈ ਬੱਤੀ ਆਈ ਹੈ ਅੱਜ ਮੈਂ ਦੇਖੀ ਤੈਨੂੰ ਮਾਰ ਕੇ ਦਿਖਾਉਂਗੀ ਦੇਖੀ ਜੇ ਤੈਨੂੰ ਰੰਡਾ ਨਾ ਕਰਕੇ ਗਈ ਤਾਂ ਮੈਨੂੰ ਵੀ ਜੈਲਦਾਰ ਧੀ ਨਾ ਆਖੀ ਮੈਂ ਕਰੰਟ ਲਾ ਕੇ ਮਰੂੰਗੀ ਚੰਗਾ ਉਹ ਕਰਦੀ ਲੈ ਨਾ ਤੈਨੂੰ ਕੁਝ ਨਹੀਂ ਹੋਣਾ ਮੈਂ ਤਾਂ ਘਰ ਵਿੱਚ ਬੈਠ ਕੇ ਬਗ ਜਾ ਠੰਡੇ ਵਾਲੇ ਤੂਤਲੇ ਚ ਛਾਲ ਮਾਰ ਜਾ ਟਰਾਂਸਫਰ ਨੂੰ ਹੱਥ ਲਾ ਕੇ ਗ੍ਰੈਡ ਚ ਜਾ ਗ੍ਰੈਡ ਚ ਸਾਰੀ ਗੰਦੇ ਖਾਨਦਾਨ ਨੇ ਸਾਰਾ ਨਜ਼ਾਰਾ ਖਰਾਬ ਕਰਤਾ ਚੱਲ ਬਈ ਮਨਾ ਫਿਰ ਉੱਥੇ ਨਜ਼ਾਰੇ ਸ਼ੁਰੂ ਕਰਦੇ ਇਹ ਇਧਰੋਂ ਮੋੜ ਦੇ ਬਾਈ ਇਹ ਕੱਟ ਦੇ ਗੱਡੀ ਟਰਾ ਲਓ ਜੀ ਇਹ ਹੈ ਸਾਡਾ ਪਿੰਡ ਈਲਵਾਲ ਦੇਖੋ ਹੁਣ ਇੱਥੇ ਨਜ਼ਾਰੇ ਇਹ ਉਹ ਦੇਖੀ ਦੇਖੀ ਬਚ ਕੇ ਟਰੈਕਟਰ ਚ ਨਾ ਮਾਰੀ ਕਿਤੇ ਪਤੰਦਰਾ ਆਹ ਲੈ ਚੱਲ ਬਚ ਕੇ ਇਹ ਰੂਟ ਚੌਧਰੀ ਦਾ ਟਰੈਕਟਰ ਸੀਗਾ ਹਾਂ ਇਹ ਲੈ ਮਿੱਤਰਾ ਕੇਰਾ ਇੱਥੇ ਮਾਰਦੇ ਬ੍ਰੇਕਾਂ ਆ ਜਾਓ ਜੀ ਕੇਰਾ ਆ ਗਿਆ ਆਪਣਾ ਘਰ ਉਤਰੋ 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 ਬਚ ਕੇ ਆ ਜਾਓ ਕੇਰਾ ਜੀ This is my house. ਦੇਖੋ ਕਰੈਣਕਾਂ ਲਾ ਕੇ ਆਹ ਕਿਹੜੀ ਝੱਟ ਫਿਰ ਆ ਜਾਓ ਕਿਰਾ ਓਏ ਜੋਗੀ ਆ ਗਿਆ ਓਏ ਆ ਕਿਨੂੰ ਚੱਕ ਲਿਆ ਆ ਮੇਰਾ ਯਾਰ ਜੋਗਾ ਸਿੰਘ ਜਗਾੜੀ ਕਿੱਥੇ ਆ ਓ ਬਾਪੂ ਪਹਿਲਾਂ ਅੰਦਰ ਦਾ ਚੱਲੋ ਆ ਜਾਓ ਚਲ ਓਏ ਓ ਚੱਲ ਰੋਡੂ ਚੱਲ ਚੱਲ ਅੰਦਰ ਬੈਠੋ ਬੈਠੋ ਅੰਗਰੇਜ਼ ਸਾਹਿਬ ਬੈਠੋ ਓਏ ਖੋਤੇ ਦਾ ਪੁੱਤਰਾ ਹੁਣ ਦੱਸੇਗਾ ਵੀ ਮੇਰਾ ਯਾਰ ਜੋਗਾ ਸਿੰਘ ਜਗਾੜੀ ਕਿੱਥੇ ਹੈ ਓ ਬਾਪੂ ਇਹ ਉਸੇ ਦੇ ਜਗਾੜ ਹੈ ਮੇਰਾ ਮਤਲਬ ਹੈ ਇਹ ਹੈ ਜੋਗੇ ਦਾ ਮੁੰਡਾ ਅਚਾਨਕ ਜੋਗੇ ਦੀ ਤਬੀਅਤ ਖਰਾਬ ਹੋ ਗਈ ਸੋ ਹੁਣੇ ਇਹਨੂੰ ਇੱਥੇ ਭੇਜਤਾ ਅੱਛਾ ਅੰਗਰੇਜ਼ ਉਹਦਾ ਮੁੰਡਾ ਹੈ ਹਾਂ ਓਏ ਮੈਨੂੰ ਪਤਾ ਹੈ ਉਸ ਕੰਜਰ ਦੇ ਪੁੱਤ ਨੇ ਇੱਕ ਮੇਮਣੀ ਨਾਲ ਵਿਆਹ ਕਰਾ ਲਿਆ ਸੀ 25-30 ਸਾਲ ਪਹਿਲਾਂ ਆਈ ਸੀ ਪਿੰਡ 'ਚ ਬਲਾਈ ਸੋਹਣੀ ਸੀ ਓਏ 10 ਦਿਨ ਪਿੰਡ ਦੇ ਮੁੰਡਿਆਂ ਨੇ ਕੰਮ ਦਾ ਡੱਕਾ ਨਹੀਂ ਸੀ ਤੋੜਿਆ ਬਾਪੂ ਇਹ ਹੁਣ ਆਪਣੇ ਘਰੇ ਰਹੂਗਾ ਠੀਕ ਹੈ ਉਹ ਨਾਲੇ ਬਾਈ ਇਹਨੇ ਇਹੋ ਜਿਹੀਆਂ ਗੋਲੀਆਂ ਤਿਆਰ ਕੀਤੀਆਂ ਨੇ ਜਿਹੜੀਆਂ ਬੁੱਢੇ ਨੂੰ ਜਵਾਨ ਖੋਤੇ ਦਾ ਬੰਦਾ ਤੇ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਅੱਛਾ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਹਾਂ ਕੀ ਕੌਣ ਹੈ ਓ ਦਿਸ ਇਜ ਗੰਦ ਆਫ ਪੰਜਾਬ ਰੂੜੀ ਮੈਨ ਮਾਈ ਵੱਡਾ ਬ੍ਰਦਰ ਹੈ ਸਾਡਾ ਪਿਓ ਮਾਈ ਫਾਦਰ ਫਾਦਰ ਹੈਲੋ ਹੈਲੋ ਏ ਓਏ ਇਹਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੈਲੋ ਭੈਣ ਦੇਣੇ ਦਿਆ ਹੈਲੋ ਇਹ ਕੌਣ ਹੈ ਇਹ ਮੇਰੇ ਮੁੰਡੇ ਨੇ ਇਹ ਮੇਰਾ ਵੱਡਾ ਮੁੰਡਾ ਇਹ ਮੇਰਾ ਛੋਟਾ ਮੁੰਡਾ ਮੇਰੀ ਲਾਦ ਹੈ ਮਾਈ ਨੇਫਿਊ ਮੇਰੇ ਭਤੀਜੇ ਨੇ ਨਾਲੇ ਬਾਪੂ ਇਹਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਉਹ ਇਹਦੀ ਅੰਗਰੇਜ਼ੀ ਤਾਂ ਗੱਡੀ 'ਚ ਮੈਂ ਵੀ ਮਸਾਂ ਹੀ ਸਮਝਿਆ ਸੀਗਾ ਓਏ ਚੰਗਾ ਇਹਨੂੰ ਨਮਾਤ ਮਾ ਕੇ ਤਿਆਰ ਕਰ ਦਿਓ ਓਏ ਨਾਲੇ ਇਹਨੂੰ ਪੰਜਾਬੀ ਸਿਖਾ ਦਿਓ ਬਾਪੂ ਮੈਂ ਇਹਨੂੰ ਗੰਦੀਆਂ ਗਾਲਾਂ ਕੱਢਣੀਆਂ ਸਿਖਾਉਂਗਾ ਉਹ ਚੰਦਰੀ ਗੰਦੀਏ ਲਾਦੇ ਫੇਰ ਸਿਖਾ ਲਈ ਪਹਿਲਾਂ ਇਸ ਕੰਜਰ ਦੇ ਪੁੱਤ ਦਾ ਸਮਾਨ ਤਾਂ ਲਾ ਲਓ ਗੱਡੀ 'ਚੋਂ ਓਏ ਹਾਂ ਉਹ ਮੈਂ ਤਾਂ ਸਮਾਨ ਲਾਉਣਾ ਇਹਦੇ ਬੈਗ 'ਚੋਂ ਕੀ ਪਤਾ ਮੈਂ ਨਿਕਲਿਆ ਵੇ ਚਲੋ ਅੰਗਰੇਜ਼ ਜੀ ਨਹਾਇੰਗ ਧੋਇੰਗ ਬਾਥਿੰਗ ਘੁੰਮਿੰਗ ਐਂਡ ਸਲੀਪਿੰਗ ਓਕੇ ਓਕੇ ਚੱਲ ਚੱਲੀਏ ਰੋਡੂ ਆਪਾਂ ਵੀ ਆ ਜਾਓ ਆਜ ਦਿਖਾਏਂਗ ਯੂਰ ਬੈਡਰੂਮ ਆ ਜਾਓ ਕਮ 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 ਜਵਾਨ ਹੁਣ ਤੱਕ ਤਾਂ ਮੇਰੀ ਚੰਦਰੀ ਗੰਦੀ ਲਾ ਦੀ ਨਜ਼ਾਰੇ ਲੈਂਦੀ ਤੀ ਹਾਏ ਹੁਣ ਤਾਂ ਨਜ਼ਾਰੇ ਲੈਣ ਦੀ ਵਾਰੀ ਮੇਰੀ ਆਈ ਮਰ ਗਿਆ ਆਈ ਚੱਕ ਬਈ ਇਹ ਆ ਮੇਰਾ ਚੱਕ ਬੋਲੇ ਓਏ ਤੂੰ ਜਦ ਨਾ ਵੀ ਬਸ 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 ਚੱਕ ਚੱਕ ਬਈ ਚੀਅਰਸ ਚੀਅਰਸ ਯਾਰ ਉਹਨੀ ਤੈਨੂੰ ਪਾਈ ਆ ਉਹਨੀ ਤੈਨੂੰ ਪਾਈ ਆ ਮੈਂ ਕੋਈ ਲੜੂ ਬੰਦਾ ਯਾਰ ਮੈਂ ਬਰਾਬਰ ਦੀ ਪਾਈ ਆ ਯਾਰ ਓ ਬਾਈ ਰੂਪ ਇਹ ਅੰਗਰੇਜ਼ਾਂ ਦਾ ਦਾਰੂ ਪੀਣ ਤੋਂ ਪਹਿਲਾਂ ਮੂਹਰਤ ਹੁੰਦਾ ਹੈ ਇਹ ਕਹਿੰਦੇ ਨੇ ਕੁਰਸੀਆਂ ਓਏ ਮੇਰੀ ਗੱਲ ਸੁਣ ਇੱਕ ਬੋਤਲ ਪਹਿਲਾਂ ਸੜਾ ਕੇ ਅੱਧੀ ਆ ਸੜਾ ਕੇ ਹਜੇ ਸਾਲੇ ਦਾ ਮੂਹਰਤ ਅੜੀ ਰਹਿ ਗਿਆ ਚਲੋ ਪੀ ਲਓ ਪੀ ਲਓ ਫਿਰ ਪੀਓ ਸਕੌਚ ਪੀ ਸਾਡੀ ਰੂੜੀ ਸਕੌਚ ਪੀ
इतना अच्छा विस्की मैंने पहले कभी नहीं पिया। ओ अंग्रेज साहब, ए तो अजे चौथे तोड़ दिया है, अजे तो असी थोनू पहले तोड़ दी दा नजारा नहीं दिखाया। ये पहले तोड़ की क्या होती है? गोरिया, जब हम दारू काटते हैं ना, जो पहली बोतल होती है उसको हम पहले तोड़ की बोलता है। फर्स्ट तोड़ दी। देखो अंग्रेज साहब, तुसी मेरा किसे मेम नाल ब्याह करा दियो, नहीं तो मैं कुवारी मर जूंगा। हम तुम्हारा शादी मेम से ही करवाएगा। थैंक यू जी। ए आ लो मिठी। ओए गंद नहीं पाइंदा, चल ले आओ जी। ऐनी गल याद रखी भोले, इन्हां मेमा दी इज्जत उज्जत कोई नहीं हुंदी, इन्हां दा कोई पता नहीं किहदे नाल चल जाना। ओ तू देखी तां सही भाई, पर छावे वांगू मैं तां ओहदे नाल नाल रहूंगा। पर छावे वांगू तां यार मैं भी नाल रहूंगा। की मेरा मतलब है यार, मैं निगाह नुगाह रखूंगा यार, अपने घर दी इज्जत है यार, ऐ आपां कोई उहीं तुरे फिरदे यार, मैनू ते मुंडे आ यार। ओए मैनू तेरी कोई लोड़ नहीं, आई हैव नॉट यूर लोड। मैं तां भाई ओनू सोहणे सोहणे कपड़े लिया के दऊंगा भाई। ओए तैनू कपड़े लाउण दी भाई जरूरत ही नहीं पैणी। क्यों? देख तेरी भरजाई का सूट बनता भाई जी 5 मीटर का, बड़े बने का। जेड़ी तेरे वाली मेम होगी 1 मीटर दे 5 सूट बनाऊगी भाई। मैनू एक गल दसो अंग्रेज साहब, ए थोड़ियां कुड़ियां मेरा मतलब है, ए मेमा इन्ने घट कपड़े क्यों पाउंदियां ने? वाए फैशन है मॉडर्न जमाना। ओए अंग्रेजा, जिन्निया थोड़ियां मेमा ना बाहर कपड़े पाउंदियां ने, आ साडे वालियां उन्ने गुतलखाने च पाउंदियां ने। अंग्रेज साहब, हुण तुसी छेती दिने गोलियां तैयार कर दो, जिन्ना नू खा के भोला होर जवान हो जे। आ देख ला, हो गया मेरा साला जवान, लग गया मिट्टी खान। अंग्रेजा ये तो सारे लड़ू बंदे ने, तू ये जिया गोलियां मैनू खवा, मेरा 20-25 मेमा नाल ब्याह। ओए तू भी साला हो गया चुन। ओए 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 ले भाई, ये तो सारे हो गए टुन, आपा नहीं हुण ज्यादा पींदे, बस आही पैग ला के आपा तो लेने नजारे, ते सारी में भी ना जे सब। बैंड देने दा ब्लैत गया कि टट्टी गया? वो देख ला कितने सापी ना लड़ गया होवे। आ गया। हेलो, ये क्या खा रहे हो तुम लोग? दिस इज गन्ना। गन्ना? ये गन्ना क्या होता है? गन्ना होता है गन्ना, इसके ऊपर आग होते हैं आग। इसका गुड़ बनता है, खंड बनती है। क्या? इसका शुगर बनता है और इसकी शराब बनती है, रूडी स्कॉच। ओह, इट्स वेरी स्ट्रॉन्ग स्कॉच। ये हमारे खेत में ऐसे बीते हैं और ऐसा होता है। इधर पंजाब में जट गन्ना नहीं देता, पहली देता है। हमको भी खाना मांग रहा है। फायदा नहीं, चुप्पी रह, ले फट चुपिंग चुपिंग। थैंक यू। ओ ये तो अभी बहुत हार्ड है। ले यार, मैं तेनू चिल के दन्ना। इस तरह चुप्पी दे, इस तरह ले पड़ेंगे। ओ थैंक यू। ये भी बहुत हार्ड है। कटे वर्गा प्या गन्ना नहीं चुप सकता, ले तेनू मैं नरम करके दन्ना। देख ऐमे गन्ना चुप्पी दे, आ देख इस तरह चबाउण नाल ही मिठा हुंदा। थैंक यू। ये तो अभी भी फीका है। चुपी जा, आप ही मिठा हो जू। थैंक यू। चलो करे चलिंग। चलो, हमने स्कूल जाना है। ओ वेरी गुड चिल्ड्रन। जीत पंचरे दे मशहूर गोली वाले बच्चे, ठंडे ठार बच्चे। चीत पंचराल दे मशहूर गोली वाले बच्चे, जेड़ा पियो बच्चे ओदे होणगे बच्चे। आजो आजो ठंडे ठारे। रोक 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 मरा जा। छू मैं माचिया बे जीत, बे तू कोई काम छड़ेगा भी? आहो बत्ते वेचन लग गया है,
ਉਹ ਤੈਨੂੰ ਤਾਂ ਪਤਾ ਦੇਬੋ ਆਪਾਂ ਤਾਂ ਸੀਜ਼ਨ ਦੇ ਮੁਤਾਬਕ ਕੰਮ ਕਰਦੇ ਆ। ਅੱਛਾ ਹੱਥਨ ਤੜਕੇ ਆਪਾਂ ਪੈਂਚਰਾਂ ਦੀ ਦੁਕਾਨ ਸਾਂਭਦੇ ਆ। ਮਹਿੰਗਾਈ ਦਾ ਜਮਾਨਾ ਹੈ, ਸਾਈਡ ਬਿਜ਼ਨਸ ਜ਼ਰੂਰੀ ਹੈ। ਪੀ ਬੱਚਾ ਨਾ 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 ਮੈਂ ਨਹੀਂ ਪੀਂਦੀ, ਇਹ ਤਾਂ ਨੀਰੀ ਬਿਮਾਰੀ ਦਾ ਖਾਜਾ ਹੈ। ਓਹੋ ਉਹ ਜਿਹੜੇ ਭਈਏ ਵੇਚਦੇ ਨੇ ਉਹ ਆ ਨੀਰੀ ਬਿਮਾਰੀ ਦਾ ਖਾਜਾ, ਓਏ ਤਾਂ ਢਿੱਡੂ ਦੀ ਬੇਬੇ ਆਪ ਤਿਆਰ ਕਰਦੀ ਹੈ। ਬੇ ਭਈਏ ਤਾਂ ਨੀਰੀ ਬਿਮਾਰੀ ਫੈਲਾ ਰਹੇ ਨੇ, ਕੱਲ ਇੱਕ ਭਈਆ ਗੋਲ ਗੱਪਿਆਂ ਨੇ ਪਾਣੀ ਚ ਟੋਬੇ ਦਾ ਪਾਣੀ ਪਾਈ ਜਾਵੇ, ਹੂੰ ਮੈਂ ਮਰ ਜਾ। ਬੇਜੀਤ ਤਾਂ ਸੁਣਿਆ ਕੱਲੇ ਬੁੜੇ ਕੇ ਘਰੇ ਰੰਗੇਜ ਹੈ, ਕੌਣ ਹੋ? ਉਹ ਬੜੀ ਪੁਰਾਣੀ ਗੱਲ ਆ ਦੇਬੋ, ਉਹ ਜਿਹੜਾ ਖਜ਼ਾਨਾ ਬੁੜਾ ਹੁੰਦਾ ਟੀਗਾ ਲੰਬੜਦਾ ਰਹਿ ਕੇ ਲਾਣੇ ਚੋਂ, ਆਹੋ ਉਹਦਾ ਮੁੰਡਾ ਟੀਗਾ ਜੋਗਾ ਸਿੰਘ ਜਗਾੜੀ, ਜਿਹਦਾ ਜਗਾੜ ਲੱਗ ਗਿਆ ਅਮਰੀਕਾ ਚਲਾ ਗਿਆ। ਮੈਂ ਨੀ ਜਾਣਦੀ, ਉਹ ਤਾਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਪਿੰਡ ਚ। ਹਾਂ ਓਏ ਉਹਨੇ ਜਾ ਕੇ ਉਧਰ ਮੇਮ ਪੱਟ ਲਈ, ਉਹਦੇ ਨਾਲ ਵਿਆਹ ਕਰਾ ਲਿਆ, ਉਹਦਾ ਮੁੰਡਾ ਹੋ ਅੰਗਰੇਜ਼। ਬੇ ਉਹਨਾਂ ਦਾ ਤਾਂ ਸਾਰਾ ਟੱਬਰ ਹੀ ਬਾਹਰ ਹੈ। ਉਹ ਕੱਲੇ ਬੁੜੇ ਦਾ ਦੋਸਤ ਸੀਗਾ ਤਾਂ ਉਹਨਾਂ ਦੇ ਘਰੇ ਆ ਕੇ ਰਹਿੰਦਾ। ਬੇ ਮੈਂ ਸੁਣਿਆ ਕੋਈ ਉਹ ਦਵਾਈ ਦਵੂਈ ਜੀ ਬਣਾਉਂਦਾ ਹੈ ਬੰਦਿਆਂ ਤੋਂ, ਬੁੜਾ ਬੁੜੇ ਤੋਂ ਜਵਾਨ, ਬਿੱਲੀ ਤੋਂ ਕੁੱਤਾ, ਇਹੋ ਜਿਹਾ ਕੁਛ ਕਰਦਾ। ਉਹ ਦੇਬੋ ਇੰਨਾ ਅੰਗਰੇਜ਼ਾਂ ਦਾ ਦਿਮਾਗ ਬੜਾ ਹਾਈ ਫਾਈ ਹੁੰਦਾ, ਇਹ ਤਾਂ ਪਤੰਦਰ ਚੰਦ ਤੇ ਵੀ ਪਹੁੰਚ ਗਏ। ਲੈ ਭਾਈ ਜੀਤ ਮੈਂ ਤਾਂ ਜਾਣੀ ਆ ਸੁਖਦੇਵ ਡਾਕਟਰ ਨੂੰ ਬੁਲਾਉਣ, ਮੇਰੀ ਮੈਂ ਹੱਸਦੇ ਤਾਂ ਪਰਸੋਂ ਦੀ ਜੇਰ ਨੀ ਪਈ, ਬਾਲੀ ਔਖੀ ਆ, ਰਾਤ ਬੈਠ ਕੇ ਕੱਟੀ ਆ। ਚੰਗਾ ਏ ਠੰਡੇ ਠਾਰੇ ਗੋਲੀ ਵਾਲੇ ਬੱਚੇ, ਠੰਡੇ ਠਾਰੇ ਮੇਰੇ ਮਾਂ ਜਾਏ, ਮੇਰੇ ਖਾਨਦਾਨ ਦੇ ਚਿਰਾਗ, ਮੇਰੇ ਦੇਸਾਂ ਦੇ ਰਾਜੀ ਆਏ ਨੇ। ਤਗੜੀਆਂ ਭੈਣੇ ਜਿੰਦਰੇ, ਮੱਥਾ ਟੇਕਦਾ ਭੈਣੇ, ਜਿਉਂਦਾ ਰਹਿ ਵੀਰ, ਤੇਰੀ ਲੰਮੀ ਉਮਰ ਹੋਵੇ। ਸੱਚੀ ਅੱਜ ਤਾਂ ਮੇਰੇ ਘਰੇ ਚੰਨ ਚੜ ਗਿਆ, ਤੜਕੇ ਦਾ ਕਾਂ ਬੋਲੀ ਜਾਂਦਾ ਸੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਵੀਰ ਆਉਣਗੇ। ਉਹ ਭੈਣੇ ਅਸਲ ਚੌਣਾ ਦਾ ਸੀ, ਪਰਸੋਂ ਸੀਗਾ, ਉਹ ਮੁੱਖ ਮੰਤਰੀ ਦਾ ਕੰਮ ਸੀ ਗਰੀਬਾਂ ਦਾ, ਉਹ ਮੈਂ ਕਿਹਾ ਕੋਈ ਭਲੇ ਦਾ ਕੰਮ ਵੀ ਕਰ ਦਈਏ, ਅਕਸਰ ਸਾਡੀ ਵੀ ਇੱਜ਼ਤ ਹੈ। ਚੰਗਾ ਵੀਰ ਆਹੀ ਭਲੇ ਦੇ ਕੰਮ ਕਰਵਾਈ ਜਾਇਓ, ਨਾਲੇ ਆਪਣੇ ਜਾਇਲਦਾਰਾਂ ਦੇ ਖਾਨਦਾਨ ਤੋਂ ਬਿਨਾ ਇਹ ਭਲੇ ਦਾ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ। ਮੈਂ ਸੁਣਿਆ ਭੈਣੇ ਆਪਣੇ ਘਰੇ ਅੰਗਰੇਜ਼ ਆਇਆ ਹੋਇਆ। ਆਹੋ ਮੱਦੀ ਇਹੋ ਜਿਹੀ ਦਵਾਈ ਤਿਆਰ ਕਰ ਰਿਹਾ, ਕਹਿੰਦੇ ਜਵਾਨ ਤੋਂ ਬੁੱਢਾ ਤੇ ਬੁੱਢੇ ਤੋਂ ਜਵਾਨ ਬਣਾ ਦਿੰਦਾ। ਲੈ ਵੀ ਜੁਰਿਆ, ਫਿਰ ਤੂੰ ਤਾਂ ਬਣ ਗਿਆ 18 ਸਾਲ ਦਾ, ਤੇਰੀ ਤਾਂ ਖੈਰ ਫਿਰ ਬਣ ਗਈ ਇੱਜ਼ਤ। ਭੈਣੇ ਜੀਜਾ ਸਾਹਿਬ ਜੀ ਨਹੀਂ ਦਿੰਦੇ? ਤੇਰਾ ਜੀਜਾ ਅੰਗਰੇਜ਼ ਨੂੰ ਲੈ ਕੇ ਖੇਤਾਂ ਵਿੱਚ ਕਮਾਉਣ ਗਿਆ ਹੋਇਆ ਭਾਈ, ਅੰਗਰੇਜ਼ ਤਾਂ ਦਿਨ ਰਾਤ ਦਵਾਈ ਤਿਆਰ ਕਰਨ ਵਿੱਚ ਲੱਗਿਆ ਹੋਇਆ, ਕਹਿੰਦਾ ਬਸ ਇੱਕ ਹਫ਼ਤੇ ਦੇ ਵਿੱਚ ਮੈਂ ਦਵਾਈ ਤਿਆਰ ਕਰਕੇ ਦੇ ਦੇਣੀ ਹੈ। ਉਹ ਮਦੀ ਉਹ ਕੇਲੇ ਸੰਤਰੇ ਕਿੱਥੇ ਹੋਏ? ਉਹ ਬਾਈ ਉਹ ਤਾਂ ਮੈਂ ਕਾਲੀ ਚ ਰੇੜੀ ਤੇ ਭੁੱਲਿਆ ਆ। ਫਿਰ ਫਿੱਟੇ ਲਾਂਤ ਤੇਰੇ ਸਾਲਿਆ ਜਵਾਕ ਖਾਣ ਗਿਆ ਹੋਏ, ਭੈਣ ਦੇ ਘਰੇ ਖਾਲੀ ਹੱਥ ਆਈ ਜਾਂਦਾ, ਲੈ ਸਾਡੀ ਕੋਈ ਇੱਜ਼ਤ ਹੈ ਯਾਰ? ਓਹੋ ਫਿਰ ਕੀ ਹੋ ਗਿਆ, ਬਥੇਰਾ ਫੂਕਣਾ ਫੂਕਦੇ ਹੋ ਤੁਸੀਂ ਇਸ ਘਰ ਦਾ। ਓ ਚੱਲ ਛੱਡ ਭੈਣੇ, ਤੂੰ ਅੱਗੇ ਖੁਸ਼ੀ ਦੀ ਖਬਰ ਸੁਣ। ਹਾਂ ਬਾਪੂ ਰਿਹਾ ਹੋ ਗਿਆ ਪਰਸੋਂ ਜੇਲ੍ਹ ਚੋਂ। ਸੁੱਚੀ? ਹਾਂ ਅਸੀਂ ਤੁਰੇ ਤਾਂ ਇਕੱਠੇ ਸੀ ਘਰੋਂ, ਉਹ ਬਸ ਚੜ ਗਿਆ ਸੀ, ਪਹੁੰਚਿਆ ਨਹੀਂ ਭਲਾ ਅਜੇ। ਨਾ ਆਇਆ ਨਹੀਂ ਗਾ ਹਲੇ ਤੱਕ। ਓ ਭੈਣੇ ਓ ਆ ਗਿਆ ਬਾਪੂ। ਕੋਈ ਨਾ ਧੀ ਤੂੰ ਰੋ ਨਾ, ਹੁਣ ਮੈਂ ਆ ਗਿਆ, ਦੇਖੀ 6 ਸਾਲਾਂ ਦੀਆਂ ਕਸਰਾਂ ਕੱਢ ਕੇ ਜਾਊਂਗਾ। ਜੇ ਇੱਕ ਇੱਕ ਨੂੰ ਨਾ ਨੱਚਣ ਲਾਤਾ ਤੇ ਮੈਨੂੰ ਵੀ ਕਿਹਨੇ ਕਹਿਣਾ ਜੈਲਦਾਰ ਬਖਤਾਵਰ ਸਿੰਘ। ਚੱਲ ਕੁੜੀਏ ਸਾਡੀ ਕੋਈ ਇੱਜ਼ਤ ਹੈ। ਚਲੋ ਚਲੋ ਵੀਰ, ਅੱਜ ਤਾਂ ਸੁੱਖ ਨਾਲ ਮੇਰਾ ਘਰ ਭਰ ਗਿਆ, ਅੱਜ ਤਾਂ ਮੈਂ ਖੀਰ ਕੜਾ ਤੇ ਪੂਰੀਆਂ ਬਣਾਉਂਗੀ। ਚਲੋ ਇੱਕ ਮਿੰਟ ਸ਼ਿੰਦਰੇ, ਗੱਲ ਤਾਂ ਸੁਣ, ਆ ਕੋਠੀਆਲ ਤਾਂ ਬੁਲਾਈ ਚ ਕੱਢੇ ਪਏ ਆ,
ਟਰੈਕਟਰ ਕਾਰਾਂ ਕਿਤੇ ਸਾਡੇ ਵਾਲਾ ਕੰਮ ਤਾਂ ਨਹੀਂ ਸ਼ੁਰੂ ਕਰ ਲਿਆ? ਲੈ ਓਏ ਬਾਪੂ ਤੂੰ ਚੁੱਪ ਕਰ, ਆ ਜਾ ਭੈਣੇ ਆਪਾਂ ਅੰਦਰ ਬਹਿ ਕੇ ਗੱਲਾਂ ਕਰਦੇ ਆ। ਚਲੋ 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 ਦੇਖ ਲਾ ਕੇ ਡਾਂਸ ਕਰੀਏ, ਹੁਣ ਹੋਣਗੇ ਸ਼ੁਰੂ ਡਰਾਮੇ। ਆ ਜਾ ਵੀ ਆ ਜਾ ਗੋਰਿਆ, ਇਹ ਸਾਡਾ ਪਿੰਡ ਹੈ, ਹੈ ਖੇਤਾਂ ਤਾਂ ਬੜੇ ਦੇਖ ਲੈ। ਆ ਜਾ ਹੁਣ ਤੈਨੂੰ ਪਿੰਡ ਦੀ ਸੈਰ ਕਰਾਉਣਾ। ਇਹ ਸਾਡੇ ਪਿੰਡ ਦਾ ਨਾ ਦਰਵਾਜ਼ਾ, ਦਰਵਾਜ਼ਾ ਹਾਂ ਦਰਵਾਜ਼ਾ ਹੁੰਦਾ ਇਹ। ਬਈ ਗੋਰਿਆ ਮੈਨੂੰ ਇਹ ਦੱਸ, ਲੱਗਦਾ ਤੁਹਾਡੇ ਤਾਂ ਉਧਰ ਕੁੜੀ ਛੇੜਨ ਦੀ ਲੋੜ ਨਹੀਂ ਪੈਂਦੀ ਹੈਗੀ, ਹੈ ਨਾ? ਪਰ ਸਾਡੇ ਇੱਧਰ ਬੜੀ ਮਿਹਨਤ ਕਰਨੀ ਪੈਂਦੀ ਆ ਬਈ। ਅੱਛਾ ਬਈ ਹਾਂ, ਸਾਡੇ ਨਾਲ ਸ਼ਹਿਰ ਦੀ ਤੇ ਪਿੰਡ ਦੀ ਜਨਾਨੀ 'ਚ ਫਰਕ ਬਹੁਤ ਹੈ। ਕਿਆ ਫਰਕ ਹੁੰਦਾ ਹੈ? ਜਿਹੜੀ ਪਿੰਡ ਵਾਲੀਆਂ ਜਨਾਨੀਆਂ ਨੇ ਜੇ ਇਹਨਾਂ ਨੂੰ ਛੇੜੋ ਇਹ ਗਾਲਾਂ ਕੱਢਦੀਆਂ ਨੇ ਤੇ ਕੁੱਟ ਵੀ ਦਿੰਦੀਆਂ ਨੇਗੀਆਂ, ਤੇ ਉਸ ਤੋਂ ਬਾਅਦ ਫਿਰ ਆਪਦੇ ਭਾਈਆਂ ਤੋਂ ਵੀ ਕਟਵਾ ਦਿੰਦੀਆਂ ਨੇ। ਹਾਂ ਸ਼ਹਿਰ ਕੀ ਜਿਹੜੀ ਸ਼ਹਿਰ ਦੀ ਜਨਾਨੀਆਂ ਲੈ ਬਈ, ਉਹ ਤਾਂ ਵਾਹ ਵਾਹ ਵਾਹ, ਗਾਲਾਂ ਤਾਂ ਉਹ ਵੀ ਦਿੰਦੀ ਹੈ, ਥੱਪੜ ਥੁੱਪੜ ਵੀ ਮਾਰਦੀ ਹੈ, ਉਹ ਆਪਦੇ ਆਸ਼ਕਾਂ ਤੋਂ ਕਟਵਾ ਦਿੰਦੀ ਹੈ, ਉਸਕੇ ਬਾਅਦ ਥਾਣੇ ਮੰਡਾ ਦਿੰਦੀ ਹੈ। ਤੁਹਾਡੀ ਤਾਂ ਕਿਸੇ ਨੇ ਪਿਟਾਈ ਨਹੀਂ ਕਰਵਾ ਦੀ। ਓਏ ਗੋਰਿਆ ਕੀ ਬਕਵਾਸ ਮਾਰਦਾ ਹੈ, ਮੇਰੀ ਪਿਟਾਈ? ਓ ਵਾਹ ਓਏ ਤੇਰੇ, ਆਪਾਂ ਨੂੰ ਤਾਂ ਸਲਾਮਾਂ ਹੁੰਦੀਆਂ ਨੇ, ਪੂਰੀ ਚੜਾਈ ਹੈ ਪਿੰਡ 'ਚ, ਮਾਰਦਾ ਹੈ ਗੱਲਾਂ। ਹਮ ਕਭੀ ਪੰਜਾਬੀ ਕੁੜੀ ਪਠਾਨੀ ਮੰਗਤਾ ਹੈ। ਓਏ ਤੈਨੂੰ ਤਾਂ ਕੁੜੀਆਂ ਦੇ ਮੈਂ ਲੈਣਾ ਲਾ ਦੂੰ ਗੋਰਿਆ, ਕਿਹੋ ਜਿਹੀ ਗੱਲ ਕਰਦੇ ਯਾਰ। ਮੈਂ ਕਹਿੰਦਾ ਤੇਰੇ ਵਾਸਤੇ ਮੈਂ ਇਹੋ ਜਿਹੀ ਕੁੜੀਆਂ ਦਾ ਪ੍ਰਬੰਧ ਕਰੂੰਗਾ ਨਾ, ਵਿਆਹ ਕਰਾ ਕੇ ਉਧਰ ਲੈ ਜੀ, ਉਧਰੋਂ ਮੇਰੇ ਵਾਸਤੇ ਭੇਜ ਦੀ ਪੰਜ ਛੇ। ਓਕੇ ਓ ਦੇਖ ਉਹ ਕੁੜੀਆਂ ਆ ਰਹੀਆਂ ਨੇਗੀਆਂ। ਓ ਵੈਰੀ ਬਿਊਟੀਫੁਲ, ਮੇਰੀ ਗੱਲ ਸੁਣ, ਤੈਨੂੰ ਮੈਂ ਕੁੜੀ ਛੇੜਨ ਦਾ ਤਰੀਕਾ ਦੱਸਦਾ। ਜਦੋਂ ਕੋਲੇ ਆ ਗਈਆਂ ਸੀਟੀ ਮਾਰ ਕੇ ਕਹੀਂ, ਕੀ ਹਾਲ ਹੈ ਪੁਰਜਿਆ, ਕੀ ਹਾਲ ਹੈ ਪੁਰਜਿਆ, ਹਾਂ ਕੀ ਹਾਲ ਹੈ ਪੁਰਜਿਆ, ਫਿਰ ਉਸ ਤੋਂ ਬਾਅਦ ਬਸ ਤੇਰੀ ਗੱਲ ਬਣ ਗਈ, ਵਿਆਹ ਕਰਾ ਕੇ ਲੈ ਜੀ ਉਧਰ ਅਮਰੀਕਾ ਚ। ਆ ਗਿਓ ਆ ਗਿਓ ਆ ਗਿਓ ਨੀ ਬਾਗਰੂ, ਆਪਾਂ ਨੂੰ ਦੇਖ ਕੇ ਕੰਜਰਾਂ ਸੀਟੀ ਮਾਰੀ ਹੈ, ਦੇਖ ਲੈ ਕਿਵੇਂ ਆ ਪੁਰਜਿਓ। ਹਾਏ ਨੀ ਮਰ ਜਾਣੇ ਨੇ ਪੁਰਜਾ ਕੇ ਹੈ। ਹਾਂ ਅੱਖ ਵਾਰੀ ਹੈ। ਯੈਸ ਨੀ ਫੜ ਲੋ ਨੀ ਭੈਣ ਦੇ ਖਸਮ ਨੂੰ। ਯੂ ਆਰ ਵੈਰੀ ਸਮਾਰਟ, ਆਈ ਲਵ ਯੂ। ਓ ਮਾਈ ਗੋਡ, ਪਲੀਜ਼ ਮਾਈ ਸਿਸਟਰ, ਪਲੀਜ਼ ਸਿਸਟਰ ਡੋਨਟ ਬੀਟ ਮੀ, ਆਈ ਐਮ ਫਰਮ ਇੰਗਲੈਂਡ, ਡੋਨਟ ਬੀਟ ਮੀ ਸਿਸਟਰ, ਮਾਈ ਸਿਸਟਰ, ਨੋ ਨੋ ਨੋ, ਡੋਨਟ ਬੀਟਿੰਗ, ਨੋ ਬੀਟਿੰਗ, ਡੋਨਟ ਬੀਟਿੰਗ ਸਿਸਟਰ, ਮਾਈ ਸਿਸਟਰ। ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਨਚਾਈ ਜਾ ਨਚਾਈ ਜਾ ਨਚਾਈ ਜਾ, ਤੇਰੇ ਹੱਥ ਮੇਰੀ ਡੋਰ, ਤੇਰਾ ਚੱਲਣਾ ਨੀ ਜ਼ੋਰ, ਐਵੇਂ ਧੁਣ ਕੇ ਤੇ ਤੁਣਕਾ ਲਗਾਈ ਜਾ, ਨਚਾਈ ਜਾ। ਹਾਏ ਨਾਨਾ, ਜਦ ਤੂੰ ਨੱਚਣਾ ਵੀ ਆਉਂਦਾ ਤੇ ਨਚਾਉਣਾ ਵੀ, ਫਿਰ ਸੱਜਣ ਨੂੰ ਕਿਉਂ ਕਹਿ ਰਿਹਾ? ਸੱਜਣ ਕੋਈ ਖਾਸ ਬੰਦਾ? ਫਿੱਟੇ ਨੂੰ ਯਾਦ ਦੇ, ਸੱਜਣ ਕੀ ਮੇਰਾ ਸਾਲਾ ਲੱਗਦਾ, ਇਹ ਤਾਂ ਮੈਂ ਉਹੀ ਗਾਣਾ ਗਾ ਰਿਹਾ ਸੀ। ਨਾਨਾ ਸ਼ੇਰੀ 10 ਰੁਪਏ ਦੇ ਦੇ। 10 ਰੁਪਏ ਦੇ ਦੋ, ਮੇਰਾ ਕੀ ਬੈਂਕ ਖੋਲਿਆ ਹੋਇਆ, ਜਾ ਕੇ ਆਪਣੇ ਦਾਦੇ ਤੋਂ ਮੰਗ, ਨੰਗ ਤੋਂ ਦੇ ਦੇ, ਆੜੇ ਆੜੇ ਦੇ ਦੇ, ਮੈਨੂੰ ਪਤਾ ਤੇਰੇ ਸੋਹਣੇ ਚਿਹਰੇ ਵਿੱਚੋਂ ਮੈਨੂੰ ਨਾਨੀ ਦਿਸ ਰਹੀ ਹੈ। ਜਾ ਜਾ ਐਵੇਂ ਮਸਕਾ ਨਾ ਲਾ, ਦੇ ਦੇ ਬਥੇਰੇ ਕਮਾਏ ਨੇ ਨੱਚ ਨੱਚ ਕੇ। ਨੱਚ ਨੱਚ ਕਮਾਏ ਨੇ, ਨੱਚਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਨਾਲੇ ਐਰਾ ਗੈਰਾ ਤਾਂ ਉਈ ਨਹੀਂ ਨੱਚ ਸਕਦਾ, ਖਾਨਦਾਨੀ ਬੰਦੇ ਹੀ ਨੱਚਦੇ ਨੇ, ਤੂੰ ਤਾਂ ਬਥੇਰੀ ਦੁਨੀਆ ਲੁੱਟੀ ਹੈ। ਓਏ ਹੋਏ 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 ਹੋਏ, ਪੁੱਤ ਦੁਨੀਆ ਲੁੱਟੀ? ਜਦੋਂ ਮੈਂ ਨੱਚਦਾ ਸੀ ਤਾਂ ਲੋਕ ਦੂਰੋਂ ਦੂਰੋਂ ਬੱਸਾਂ ਟਰੱਕਾਂ ਕਾਰਾਂ ਸਾਈਕਲਾਂ ਕੜੁੱਕਿਆਂ ਤੇ ਚੜ ਚੜ ਕੇ ਵੇਖਣ ਆਉਂਦੇ ਸੀ। ਹਾਏ ਪੁੱਤ, ਜਦੋਂ ਮੈਂ ਐ ਕਰਕੇ ਨੋਟ ਫੜਦਾ ਸੀ ਤਾਂ ਲੋਕੀ ਤਾੜੀਆਂ ਦਾ ਗੜੜ 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 ਮੀਂਹ ਵਰਾ ਦਿੰਦੇ ਸੀ। ਇੱਕ ਵਾਰੀ ਜਦੋਂ ਮੈਂ ਜੀਰੇ ਕੋਲੇ ਮੀਆਂ ਸਿੰਘ ਵਾਲੇ ਪ੍ਰੋਗਰਾਮ ਕੀਤਾ ਤਾਂ ਤੇਰੇ ਨਾਨੇ ਦੇ ਹੁਸਨ ਕਰਕੇ ਉੱਥੇ ਪੁੱਤ ਇੰਨੀ ਲੜਾਈ ਹੋਈ, ਇੰਨੀ ਲੜਾਈ ਹੋਈ, ਮੈਨੂੰ ਤਾਂ ਡਰ ਸੀ ਕਿਤੇ ਮੈਨੂੰ ਕੋਈ ਉਹੀ ਚੁੱਕੇ ਨਾ ਲੈ ਜੇ। ਨਾਨਾ ਤੂੰ ਤਾਂ ਬਹੁਤ ਸੋਹਣਾ ਸੀ ਨਾ। ਸੋਹਣਾ ਪੁੱਤ ਆ ਫੜ ਇੱਕ ਵਾਰੀ, ਜਦੋਂ ਮੈਂ ਛਾਲ ਮਾਰ ਕੇ ਐਕਸ਼ਨ ਕਰਦਾ ਸੀ ਤਾਂ ਲੋਕ ਨੋਟਾਂ ਦਾ ਤਾਂ ਉਹੀ ਮੀਂਹ ਵਰਾ ਦਿੰਦੇ ਸੀ। ਫਿਰ ਤਾਂ ਕੁੜੀਆਂ ਦੇ ਵਿਆਹ ਵੀ ਤੇ ਨੱਚ ਨੱਚ ਕੇ ਕੀਤੇ ਨੇ। ਚੁੱਪ ਕਰ, ਨੱਚ ਨੱਚ ਕੇ ਕੀਤੇ ਨੇ, ਉਹ ਤਾਂ ਮੇਰਾ ਸਾਈਡ ਬਿਜ਼ਨਸ ਸੀ। ਤੂੰ ਆਪਣੇ ਪਿੰਡ ਬਥੇਰੇ ਮਰੱਬੇ ਨੇ ਜਿਹੜੇ ਵਰਤਮਾਨ ਚ ਹੁੰਦੇ ਨੇ। ਵਰਤਮਾਨ ਚ ਹੁੰਦੇ ਨੇ, ਜ਼ਮੀਨਾਂ ਦੇ ਮਰੱਬੇ ਨੇ। ਨਾਲੇ ਮੈਨੂੰ ਪਤਾ ਤੂੰ ਕਿੱਥੋਂ ਬੋਲਦਾ, ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ, ਮੇਰਾ ਨਾਮ ਜੈਲਦਾਰ ਬਖਤਾਵਰ ਸਿੰਘ ਉਹੀ ਨਹੀਂ ਹੈ। ਜੇ ਅਸਲੀ ਜੈਲਦਾਰ ਆ ਤਾਂ 10 ਰੁਪਏ ਕੱਢ, ਫਿਰ ਵੀ ਮੈਂ ਤੇਰਾ ਦੋਤਾ। ਤੂੰ 300 ਵਾਰੀ ਕਹਿਤਾ ਹੈ ਨਹੀਂ ਹੈ ਨਹੀਂ ਹੈ ਨਹੀਂ, ਭੈਣ ਦਿੰਦੇ ਲੰਡੂ ਜੈਲਦਾਰ ਨੰਗ, ਇਹੋ ਜਿਹੇ ਸਾਰੇ ਤਾਂ ਮੈਂ ਉਹੀ ਨਾ ਰੱਖਾਂ, ਮੇਰਾ ਪਿਓ ਪਤਾ ਨਹੀਂ ਕਿਵੇਂ ਰੱਖੀ ਜਾਂਦਾ ਇਹਨਾਂ ਨੂੰ। ਚਪੇੜ ਮਾਰ ਕੇ ਮੈਂ ਤੇਰੇ ਦੰਦ ਬਾਹਰ ਕੱਢ ਦੂੰ, ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਆਹੋ ਤੂੰ ਸਿਰਫ ਨੱਚਣਾ ਹੀ ਜਾਣਦਾ, ਨਚਾਰ ਜਾ। ਤੇਰੇ ਦਾਦੀ ਨਚਾਰ, ਤੇਰੇ ਦਾਦਾ ਨਚਾਰ, ਤੇਰਾ ਪਿਓ ਨਚਾਰ, ਤੇਰਾ ਚਾਚਾ ਨਚਾਰ, ਓਏ ਤੇਰੀ ਮਾਂ ਨਚਾਰ, ਮਾਂ ਤਾਂ ਕਾ ਨਚਾਰ ਹੈ, ਪੁੱਤ ਮਿਰਤੀ ਹੈ, ਤੇਰਾ ਸਰ ਖਾਂਦਾ ਨਚਾਰ। ਆਪਣਾ ਪੰਜਾਬ ਹੋਵੇ
ਘਰ ਦੀ ਸ਼ਰਾਬ ਹੋਵੇ ਤੱਤੀ ਦਾ ਪੈਗ ਲਾਇਆ ਹੋਵੇ ਓਏ ਮੱਦੀ ਵੀ ਆਇਆ ਹੋਵੇ ਓਏ ਸਤਿਕਾਰਯੋਗ ਜੀਜਾ ਜੀ ਇਹ ਕੰਮ ਤੁਸੀਂ ਮੈਥੋਂ ਕਰਾਇਆ ਕਰੋ ਨਾ ਜੇ ਦਾਰੂ ਫੜੀ ਗਈ ਫੇਰ ਨਾ ਆਪਦੇ ਜਿੰਮੇ ਲੈ ਲੂ ਨਾਲੇ ਜੀਜਿਆਂ ਦੀ ਖਾਤਰ ਸਾਲੇ ਮਰਦੀ ਆਏ ਦਾਰੂ ਵੀ ਮੇਰੇ ਸਾਲੋ ਤੁਸੀਂ ਇਹ ਫੜਾਉਣੀ ਹੈ ਸਮਝ ਗਿਆ ਨਾ ਗਿੱਦੜਾ ਬਿਨਾਂ ਝਾੜਾ ਚਕਾਉਣ ਹੱਕਦਾ ਓਏ ਨਾ ਜੀਜਾ ਜੀ ਉਹ ਤੁਸੀਂ ਵੀ ਮੈਨੂੰ ਉਹਨਾਂ ਕੰਜਰਾਂ ਵਰਗਾ ਸਮਝ ਲਿਆ ਉਹ ਮੇਰਾ ਪਿਓ ਜਿਹਨੇ ਆਪਦੇ ਸਕੇ ਭਾਈ ਨੂੰ ਨਹੀਂ ਬਖਸ਼ਿਆ ਉਹ ਜੋਰਾ ਜਿਹੜਾ ਦੋ ਰੁਪਈਆਂ ਪਿੱਛੇ ਬੇਈਮਾਨ ਹੋ ਜਾਂਦਾ ਨਾਲੇ ਜੀਜਾ ਜੀ ਜੇ ਇਹਨਾਂ ਦੇ ਖਾਨਦਾਨ ਚੋਂ ਕਿਸੇ 'ਚ ਗੈਰਤ ਹੈਗੀ ਆ ਤਾਂ ਉਹ ਮਹੀ ਆ ਨਾਲੇ ਤੁਹਾਨੂੰ ਤਾਂ ਪਤਾ ਮੈਂ ਪਿਓਰ ਜੈਲਦਾਰ ਹਾਂ ਜਮਾਂ ਓਏ ਜਾਣਦਾ ਤੈਨੂੰ ਜਾਣਦਾ ਸਾਲੇ ਨੰਗ ਨੂੰ ਸਾਲਿਆ ਦਾਰੂ ਦੇ ਪੈਗ ਪਿੱਛੇ ਤਾਂ ਤੂੰ ਜੁੱਤੀ ਦੇ ਤਲੇ ਚੱਟਣ ਤੱਕ ਜਾਂਦਾ ਉਹ ਜੀਜਾ ਜੀ ਜੋ ਮਰਜ਼ੀ ਕਹਿ ਨਾਲੇ ਜੇ ਤੂੰ ਮੱਦੀ ਨੂੰ ਕਹੇ ਨਾ ਬਈ ਸਾਰਾ ਦਿਨ ਇੱਕ ਲੱਤੇ ਧੁੱਪੇ ਖੜਾ ਰਹੇ ਓਏ ਜੇ ਹਿੱਲ ਗਿਆ ਤਾਂ ਕਹਿਦੀ ਓਏ ਨਾਲੇ ਜੀਜਾ ਜੀ ਮੈਂ ਕਦੇ ਤੁਹਾਡੇ ਮੂਹਰੇ ਬੋਲਿਆ ਜਮੀਨੀ ਮੂਹਰੇ ਬੋਲਿਆ ਉਦੋਂ ਮੇਰਾ ਸਾਲਿਆ ਸੋਰੀ ਕਹਿਦੀ ਕਿੰਨੀ ਬੇਇੱਜ਼ਤੀ ਕਰੀ ਸੀ ਜੱਟ ਦੀ ਓ ਜੀਜਾ ਜੀ ਉਦੋਂ ਤਾਂ ਮੈਂ ਆਪਦੀ ਮਾਂ ਤੇ ਜੋਰੇ ਦੇ ਪਿੱਛੇ ਲੱਗ ਗਿਆ ਸੀ ਉਹ ਤੁਹਾਡੇ ਵਰਗੇ ਬੰਦੇ ਤੇ ਮੈਂ ਤੋਂ ਹੱਥ ਚੱਕਿਆ ਗਿਆ ਜੀ ਨਾਲੇ ਜੀਜਾ ਜੀ ਤੁਸੀਂ ਬੰਦੇ ਨਹੀਂ ਕਿਉਂ ਤੁਸੀਂ ਤਾਂ ਦੇਵਤੇ ਹੋ ਜੀ ਉਹ ਤਾਂ ਹੈਗੀ ਆ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ ਸਾਰੀ ਕਹਿੰਦੇ ਨੇ ਜੀਜਾ ਜੀ ਤੁਸੀਂ ਨਫ਼ਰਤ ਨਾ ਕਰੋ ਓਨਾ ਹੀ ਪਿਆਰ ਕਰੋਗੇ ਨਾਲੇ ਤੁਹਾਨੂੰ ਸਾਡੇ ਵਰਗੇ ਸਾਕ ਤੋਂ ਮਿਲਨੇ ਨੇ ਇੱਕ ਗੱਲ ਹੋਰ ਜੀਜਾ ਜੀ ਸਿੰਦਰ ਬਸੀ ਕਰ ਜੰਤਰ ਲੈ ਕੇ ਆਈਆ ਕਾਲ ਸ਼ਾਹ ਕਾਦਰੀ ਤੋਂ ਕਿਉਂ ਉਹ ਬਈ ਤੂੰ ਉਹਦੇ ਬੱਸ 'ਚ ਰਹੇ ਬਗਾਨੀਆਂ ਤੀਵਿਆਂ ਦੇ ਸੁਪਨੇ ਨਾ ਲਵੇ ਉਹ ਮੇਰੀ ਮਰਜ਼ੀ ਮੈਂ ਜਿਹਦੇ ਮਰਜ਼ੀ ਸੁਪਨੇ ਲਵਾਂ ਹੈ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਸਾਲਾ ਬਣਿਆ ਸੁਪਨਿਆਂ ਦਾ ਮੇਰੀ ਕਿਸੇ ਚੰਦੇ ਜੁੱਤਰ ਨੂੰ ਮੰਨਦਾ ਉਹ ਜੀਜਾ ਜੀ ਤੁਸੀਂ ਗੁੱਸਾ ਨਾ ਕਰੋ ਨਾ ਸ਼ਰਾਬ ਅੰਗਰੇਜ਼ ਵਾਸਤੇ ਕੱਢ ਰਹੇ ਹੋ ਤੈ ਟਿੰਡੀਆਂ ਲੈਣੀਆਂ ਨੇ ਓਏ ਜਿਹਦੇ ਵਾਸਤੇ ਮਰਜ਼ੀ ਕੱਢਾਂ ਉਹ ਜੀਜਾ ਜੀ ਮੈਂ ਸੁਣਿਆ ਤੁਸੀਂ ਅੰਗਰੇਜ਼ ਤੋਂ ਮੇਮ ਮੰਗਾ ਰਹੇ ਹੋ ਉਹ ਜੀਜਾ ਮੇਰੇ ਤੇ ਵੀ ਕਰਦੇ ਕਿਰਪਾ ਮੰਗਾ ਦੇ ਮੇਮ ਗੁੱਥੀ ਦੇਖੀਏ ਜਿਵੇਂ ਟਾਇਰ ਥੱਲੇ ਡੱਬਾਇਆ ਹੁੰਦਾ ਸਾਲਾ ਬਣਿਆ ਮੇਮ ਦਾ ਓਏ ਜੀਜਾ ਹੋਰ ਨਹੀਂ ਅੰਗਰੇਜ਼ ਤੋਂ ਸੋਹਣਾ ਬਣਦੀ ਦਵਾਈ ਉਹ ਬਣਵਾ ਦੇ ਮੈਨੂੰ ਓਏ ਤੂੰ ਤੁਰਦਾ ਬਣ ਚੁੱਪ ਕਰਕੇ ਵਗ ਜਾ ਨਹੀਂ ਮੇਰੇ ਸਾਇ ਨੂੰ ਅੱਗ ਲਾ ਕੇ ਨਾ ਟੋਏ 'ਚ ਦੱਬ ਦੂੰ ਆਹ ਚੱਕ ਬੋਤਲ ਜਿਹਦੇ ਵਾਸਤੇ ਤੂੰ ਆਇਆ ਜਾ ਤੂੰ ਤਾਂ ਮੇਰੇ ਤੋਂ ਓਏ ਜਿਉਂਦਾ ਰਹਿ ਜੀਜਾ ਧਰਮ ਨਾਲ ਨਾਲੇ ਜੀਜਾ ਇਹੋ ਜਿਹੇ ਸਾਗ ਨਹੀਂ ਤੈਨੂੰ ਲੱਭਣੇ ਓਏ ਅਸੀਂ ਤਾਂ ਤੇਰੇ ਹੀ ਖਾਣਾ ਤੇਰੇ ਹੀ ਪਾਉਣਾ ਓਏ ਤੇਰੇ ਹੀ ਹੰਡਾਉਣਾ ਓਏ ਜਿਉਂਦਾ ਰਹਿ ਜੀਜਾ ਧਰਮ ਨਾਲ ਉਹ ਜੁੱਤੀ ਵੀ ਜਮਾਂ ਫਿੱਟ ਆਉਂਦੀ ਆ ਮੇਰਾ ਸਾਲਾ ਇਹ ਪਰਿਵਾਰ ਨਾ ਮੇਰੇ ਸਹੁਰਿਆਂ ਦਾ ਗਿਰਗਟ ਵਾਂਗੂ ਰੰਗ ਬਦਲਦਾ ਗਿਰਗਟ ਵਾਂਗੂ ਇੱਕ ਦੋ ਤਿੰਨ ਚਾਰ ਪੰਜ ਮੇਰੇ ਵੀਰ ਕਰਦੇ ਪਿਆਰ ਸਭ ਤੋਂ ਉੱਚੇ ਨੇ
ਸੁਣ ਜੀ ਜਾ ਜੀ ਜੀ ਜਾ ਜੀ ਜੀ ਜਾ ਜੀ ਸਾਡੀ ਭੈਣ ਨੂੰ ਨਾ ਤੂੰ ਸਤਾ ਸਾਨੂੰ ਘਰ ਤੋਂ ਨਾ ਪਜਾ ਮੇਰੇ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਨੀ ਮੇਰੇ ਨੱਚਦੀ ਦੇ ਹਾਈ ਨੀ ਨੱਚਦੀ ਦੇ ਮੈਂ ਕਿਹਾ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਵੇ ਅੰਗਰੇਜ਼ਾ ਕਦੇ ਦੋ ਪਲ ਮੇਰੇ ਕੋਲ ਵੀ ਬਹਿ ਜਾ ਕਰ ਵੇ ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਯੇ ਲੇਡੀਜ਼ ਕੌਣ ਹੈ ਮੇਰਾ ਸੌਰਾ ਹੈ ਸੌਰਾ ਕਿਆ ਹੋਤਾ ਹੈ ਸੌਰਾ ਹੋਤਾ ਹੈ ਜੋ ਆਪਣੀ ਕੁੜੀ ਦਾ ਸਾਕ ਕੁੜੀ ਨੂੰ ਕਿਸੇ ਦੇ ਘਰ ਵਿਆਹੁੰਦਾ ਹੈ ਫਿਰ ਉਹੀ ਸੌਰਾ ਉਸ ਕੁੜੀ ਦੇ ਘਰ ਜਾ ਕੇ ਰੋਟੀਆਂ ਪਾੜਤਾ ਹੈ ਉਸਕੋ ਸੌਰਾ ਬੋਲਤਾ ਹੈ ਯੇ ਲੇਡੀਜ਼ ਕੀ ਤਰ੍ਹਾਂ ਐਸਾ ਐਸੇ ਕਿਉਂ ਕਰਤਾ ਹੈ ਭੈਣ ਦਿਲ ਦਾ ਹੈ ਨਾਚਾ ਹੈ ਨਾਚਾ ਨਚਾਰ ਯੇ ਲੇਡੀਜ਼ ਕਪੜੇ ਪਹਿਨ ਕੇ ਅਖਾੜੋਂ ਮੇ ਠੁਮਕੇ ਲਗਾਤਾ ਹੈ ਐਸੇ 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 ਹਾਂ ਮਿਸਟਰ ਡਾਂਸਰ ਇਹਨੂੰ ਐਸੀ ਦਵਾਈ ਪਿਲਾ ਇਹ ਕੁੜੀ ਬਣ ਜੇ ਹਾਏ ਵੇ ਅੰਗਰੇਜ਼ਾ ਤਾਂ ਪੁੰਨ ਲੈ ਲਾਵੇ ਜੇ ਮੈਂ ਤਾਂ ਕੁੜੀ ਬਣ ਗਈ ਮੈਂ ਤਾਂ ਨੱਚ ਨੱਚ ਕੇ ਦੁਨੀਆ ਲੁੱਟ ਲੂ ਨੱਚ ਨੱਚ ਕੇ ਓਏ ਮੇਰੀ ਗੱਲ ਸੁਣੋ ਏ ਓਏ ਰੱਬ ਦੇ ਵਾਸਤੇ ਹੱਥ ਬਣਾ ਲੈ ਨਾ ਗੰਦ ਪਾ ਮੇਰੇ ਘਰ ਚ ਬਾਹਰ ਜਾਣਾ ਗੰਦ ਪਾਉਣਾ ਲੋਕਾਂ ਨੂੰ ਠੁਮਕੇ ਮਾਰ ਮਾਰ ਕੇ ਦਿਖਾਉਣਾ ਓਏ ਮੇਰੇ ਘਰੋਂ ਦਫਾ ਹੋ ਜਾ ਤੁਸੀਂ ਵੇ ਜਵਾਈਆ ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਸਾਡੀ ਧੀ ਦਾ ਘਰ ਜਦੋਂ ਜੀ ਕਰੂਗਾ ਉਦੋਂ ਹੀ ਜਾਵਾਂਗੇ ਉਦੋਂ ਹੀ ਜਾਵਾਂਗੇ ਉਦੋਂ ਹੀ ਜਾਵਾਂਗੇ ਹਾਏ ਤੂੰ ਵੱਢਣਾ ਵੀ ਜਾਣਦਾ ਭੌਂਕਣਾ ਵੀ ਓ ਗੱਲ ਸੁਣਾ ਰੋਡੂ ਅਸੀਂ ਜੈਲਦਾਰ ਹੁੰਨੇ ਆ ਆਖਰ ਸਾਡੀ ਵੀ ਇੱਜ਼ਤ ਹੈ ਯੇ ਕੌਣ ਹੈ ਸਾਡਾ ਮਾਮਾ ਬੇਲਾ ਅਵਾਰਾ ਨਕਮਾ ਬੀਜੀ ਹਾਂ ਯੇ ਮਾਮਾ ਕਿਆ ਹੋਤਾ ਹੈ ਮਾਮਾ ਹੋਤਾ ਹੈ ਜਬ ਆਪਣੀ ਭੈਣ ਕਿਸੇ ਦੇ ਘਰ ਵਿਆਹੁੰਦਾ ਹੈ ਜੋ ਉਸਕੀ ਭੈਣ ਕਾ ਖਸਮ ਹੋਤਾ ਹੈ ਨਾ ਵੋ ਭਲੋਈਆ ਲਗਤਾ ਹੈ ਫਿਰ ਉਸਕੇ ਘਰ ਤੋਂ ਐਸੇ ਬੱਚੇ ਹੋਤੇ ਹੈ ਵਹੀ ਸਾਲਾ ਫਿਰ ਮਾਮਾ ਬਣ ਜਾਤਾ ਹੈ ਇਹਨਾਂ ਨੇ ਇੱਥੇ ਪੱਕੇ ਡੇਰੇ ਲਾਏ ਹੋਏ ਨੇ ਇਹ ਬਾਲਾ ਘੈਂਟ ਹੈ ਇਹ ਮੈਂ ਇਸ ਦਾ ਗੋਹਾ ਸੁੱਕ ਕੇ ਬਤਾ ਦਿੱਤਾ ਹੈ ਕਿ ਮੈਂ ਇਸ ਕਿਹੜੇ ਸੂਏ ਹੈ देखो जी हमारा जीवन तो भैन और पनोइये के लिए समर्पित है क्योंकि हमारी भी कोई इज्जत होती है ए दोए मामे नाने कुत्ते ने हां कुत्ते कुत्ते ओए कुत्ते केवे असी जैलदार होने हैं तू जैलदार नु कुत्ते क्या अक्सर साडी भी इज्जत है देख मामा भैन करे भाई कुत्ता साडे करे मामा कुत्ता ओए कुत्ते देख अंग्रेज साहब इस दुनिया विच सब तो वादे लड्डू बंदे ने लड्डू 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 होता जिसके पूंछ नहीं होता
ओके ओके, हमको पढ़ना है, हम ऊपर जाता है। हाय वे, तू ऊपर चल गया, चल मैं तो फिर वेली हूं, मैं हूं दो चार ठुमके लाऊं, मैं ऐसा कर दी पील वाला ले, मैं तो कल बाद से घर चल रही हूं, मैं जरा ठुमके लाके आऊं। हाय तेरे रख दे, हाय तेरे रख दे, हाय ना मार मेरी आलमा वे, अरे नु मेरा सर नु, ਲੈ ਜੁਰਿਆ ਅੰਗਰੇਜ਼ ਤਾਂ ਬੈਠਾ। ਪਾਂਜੇ ਪੋਸ ਘਣ ਮੇਰਾ ਵੇ ਮੈਂ ਜਾਣਾ ਹੈ ਵੱਲੈ ਤੈਨੂੰ, ਪਾਂਜੇ ਪੋਸ ਘਣ ਮੇਰਾ ਵੇ ਜਾਣਾ। ਓਹ ਸ਼ਿਟ ਮੈਨ, ਸਾਡੀ ਕੋਈ ਇੱਜ਼ਤ ਹੈ ਯਾਰ? ਇੱਜ਼ਤ ਕਿਆ ਹੋਤਾ ਹੈ? ਓਏ ਦਾਦਾ ਸਾਨੂੰ ਨਹੀਂ ਪਤਾ, ਤੈਨੂੰ ਕਿੱਥੋਂ ਪਤਾ ਹੋਊਗਾ। ਗੱਲ ਸੁਣ ਵੀਰ ਸਿੰਘ ਯਾਰ, ਦਵਾਈ ਦੇ ਕੇ ਮੈਨੂੰ 18 ਸਾਲ ਦਾ ਬਣਾ ਦੇ, ਕੋਈ ਮੇਂ ਮੂੰਹ ਟਕਾ ਦੇ। ਬੜੇ ਖੱਬੀ ਖਾਣ ਖਾਣੇ ਅਸੀਂ, ਚੱਲਦਾ ਹੁੰਦੇ ਹਾਂ, ਖਾਨਦਾਨ ਸਾਡਾ ਬਹੁਤ ਉੱਚਾ ਹੈ, ਸਾਡੀ ਵੀ ਕੋਈ ਇੱਜ਼ਤ ਹੈ। ਓਕੇ, ਸ਼ਾਦੀ ਕਰਨਾ ਮੰਗਦਾ ਹੈ? ਹਾਂ, ਐਡੀ ਮੋਟੀ ਛਾਪ ਪਾਊਂਗਾ, ਵਿਚੋਲਾ ਬਣ ਜਾ। ਵਿਚੋਲਾ? ਇਹ ਵਿਚੋਲਾ ਕਿਆ ਹੋਤਾ ਹੈ? ਹੁਣ ਕੰਜਰ ਦੇ ਪੁੱਤ ਨੂੰ ਐਂ ਨਹੀਂ ਪਤਾ ਇਹ ਵਿਚੋਲਾ ਕੀ ਹੁੰਦਾ, ਕਿਵੇਂ ਸਮਝਾਵਾਂ? ਐਂ ਜੋ ਰਿਸ਼ਤਾ ਕਰਵਾਤਾ ਹੈ ਵੋ ਵਿਚੋਲਾ ਹੁੰਦਾ ਹੈ। ਓ ਗੱਲ ਸੁਣ, ਮੈਨੂੰ ਮੁੰਡਾ ਬਣ ਦੀ ਦਵਾਈ ਦਵਾ ਦੇ। ਓਕੇ, ਮੈਂ ਤੁਹਾਡਾ ਦਵਾਈ ਬਣਾਏਗਾ, ਇਕਦਮ ਜੰਗ ਲੱਗੋਗੇ। ਓ ਜੰਗ ਨਹੀਂ ਯਾਰ, ਮੈਂ ਜੋਰਾ ਲਗਾ ਜਾਈਦਾ। ਹਾਏ ਨੀ ਮੇਮੇ, ਸਾਡੀ ਵੀ ਇੱਜ਼ਤ ਹੈ। ਓਏ ਬੁੜੇ ਨੂੰ ਚੜੀ ਜਵਾਨੀ, ਲਾ ਕੇ ਕੁੱਟ ਬਣ ਕੇ ਅਜਾਨੀ, ਆ ਗਿਆ ਨਜ਼ਾਰਾ। ਭੁੱਲੇ ਭੁੱਲੇ ਆਈ, ਓਏ ਕੌਣ ਹੈ ਤੂੰ, ਇੱਥੇ ਹੀ ਕਰਦਾ ਤੂੰ? ਮੈਂ ਤੁਹਾਡਾ ਬਾਪੂ, ਹੋਰ ਕੌਣ? ਪਿਓ ਪਿਓ, ਕਿਤੇ ਅੰਗਰੇਜ਼ ਦੀ ਦਵਾਈ। ਓ ਤੇਰਾ ਬੇੜਾ ਬਹਿ ਜੇ ਓਏ ਅੰਗਰੇਜ਼ਾ, ਓਏ ਅਸੀਂ ਪੱਟੇ ਗਏ ਓਏ ਲੋਕੋ। ਦੇਖੋ ਮੈਂ ਤੁਹਾਡਾ ਛੋਟਾ ਭਾਈ ਲੱਗਦਾ ਨਾ? ਓਏ ਛੋਟਾ ਭਾਈ ਨੀ, ਦੁਸ਼ਮਣ ਕਹਿ ਦੁਸ਼ਮਣ, ਮੇਰੀਆਂ ਅੱਖਾਂ ਤੋਂ ਪਰੇ ਹੋ ਜਾ, ਨਹੀਂ ਵੱਢ ਕੇ ਸਿਰ ਨਾ ਤੇਰਾ ਉੱਥੇ ਡੰਗ ਦੂ। ਨਾ ਮੇਰਿਆ ਸਾਲਿਆ, ਜਵਾਨ ਰਹਿਣ ਨੂੰ ਕਿਹਦਾ ਨਹੀਂ ਦਿਲ ਕਰਦਾ? ਓਏ ਓਏ ਜਵਾਨ ਦਿਆ ਲੱਗਦਿਆ, ਹਾਲੇ ਤਾਂ ਮੈਂ ਕੁਆਰ ਹਾਂ, ਮੈਨੂੰ ਲੱਗਦਾ ਮੈਂ ਤਾਂ ਛੜੇ ਹੀ ਮਰੂੰਗਾ। ਮੇਰੇ ਤਾਂ ਅਰਮਾਨਾਂ ਤੇ ਪਾਣੀ ਫਿਰ ਗਿਆ। ਪਰ ਮੇਰੀ ਗੱਲ ਸੁਣ ਲੈ ਬਾਪੂ, ਹੁਣ ਮੈਂ ਵੀ ਤੈਨੂੰ ਕੁਛ ਕਰਕੇ ਦਿਖਾਊਂਗਾ। ਭੋਲੇ ਤੂੰ ਕਿੱਥੇ ਚੱਲਿਆ? ਭੋਲੇ ਟੱਟੇ ਖੂਹ ਚ, ਇਹਨੂੰ ਵੀ ਨਾਲ ਲੈ ਜਾ ਬਾਪੂ, ਉਹ ਮਰ ਜੂਗਾ, ਬਹੁਤ ਅਣਖੀ ਹੈ ਬਾਪੂ, ਟ੍ਰਾਂਸਫਰ ਨੂੰ ਹੱਥ ਲਾ ਲੂ ਉਹ। ਬਾਪੂ ਗੱਡੀ ਥੱਲੇ ਆ ਜੂ, ਉਹ ਮੰਨ ਲੈ ਮੇਰੀ, ਉਹਨੂੰ ਰੋਕ ਲੈ, ਉਹ ਅਣਖੀ ਹੈ। ਕੁਛ ਨਹੀਂ ਕਰਦਾ, ਡਰਾਉਂਦਾ ਮੇਰਾ ਸਾਲਾ, ਖੇਤ ਕਿਹੜਾ ਦੇ ਕੇ ਮੁੜੇ ਆਊ? ਉਹ ਮੇਰਾ ਸਰ ਕੜਿਆ, ਆ ਕੀ ਭਸੂੜੀ ਪਾਤੀ ਤੈਂ? ਇਹ ਭਸੂੜੀ ਕਿਆ ਹੋਤਾ ਹੈ? ਭਸੂੜੀ ਹੋਤਾ ਹੈ ਜਦੋਂ ਤੇਰੀ ਮਾਂ ਕਿਸੇ ਨਾਲ ਨਿਕਲ ਜੇ ਨਾ, ਤਾਂ ਪਿੰਡ ਚ ਪੈ ਜੇ ਰੌਲਾ, ਤਾਂ ਉਸ ਕੋ ਭਸੂੜੀ ਬੋਲਤਾ ਹੈ। ਭਸੂੜੀ ਭਸੂੜੀ ਤਾਂ ਹੁਣ ਮੈਂ ਪਾਊਂਗਾ। ਓ ਬਾਪੂ ਬਾਪੂ, ਓ ਬਾਪੂ, ਓ ਮੇਰੀ ਗੱਲ ਸੁਣੋ, ਏ ਆ ਕੀ ਚੰਦ ਚਾੜਤਾ, ਓਏ ਹੁਣ ਕੀ ਬਣੂ? ਓ ਇਹ ਤੋ ਅਭੀ ਮੈਨੇ ਟੈਸਟ ਕੀਆ ਹੈ, ਅਭੀ 10 ਮਿੰਟ ਬਾਅਦ ਉਸਕਾ ਅਸਰ ਉਠਾ ਜਾਏਗਾ, ਯਾਨੀ ਕਿ ਠੀਕ ਹੋ ਜੂਗਾ। ਯੇ ਸ਼ੁਕਰ ਹੈ ਸ਼ੁਕਰ ਹੈ, ਤੂੰ ਸਾਡੇ ਘਰ ਨੂੰ ਪੱਟੇਗਾ, ਤੂੰ ਖਰਾਬ ਕਰੇਗਾ ਤੂੰ। ਥੈਂਕ ਯੂ ਸਾਲਾ, ਥੈਂਕੜੂ ਦਾ। ਮੁੱਖ ਮੁੜ ਗਏ ਦਿਲਾਂ ਦੇ ਜਾਨੀ, ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ, ਵੇ ਰੱਬਾ ਹੁਣ ਕੀ ਕਰੀਏ, ਹਾਏ ਵੇ ਰੱਬਾ ਹੁਣ ਕੀ ਕਰੀਏ। ਥੂ ਏ ਸ਼ਕਤੇ, ਪਿਆਰੀਆਂ ਨੇ ਨਾਨਾ ਜੀ ਕਦੋਂ ਆਣਾ? ਓਏ ਜਾਂਦੇ ਰਾਂਗੇ, ਤੇਰੇ ਸੂਲ ਹੁੰਦਾ, ਸਾਡੀ ਭੈਣ ਦਾ ਘਰ ਹੈ, ਨਾਲੇ ਸਾਡੀ ਵੀ ਇੱਜ਼ਤ ਹੈ। ਅਸੀਂ ਤਾਂ ਵੈਸੀ ਗੱਲ ਕੀਤੀ ਸੀ ਰਿਵਾਜਣ, ਨਾਲੇ ਵੱਡੇ ਬੰਦੇ ਹੋ, ਕੀ ਪਤਾ ਕਿੱਧਰਲਾ ਟੂ ਨਿਕਲ ਆਵੇ। ਇਹ ਨਹੀਂ ਜਾਂਦੇ, ਆਪਾਂ ਨੂੰ ਘਰ ਨੂੰ ਅੱਗ ਲਾਉਣੀ ਪਊਗੀ, ਫੇਰ ਹੀ ਉੱਜਣਗੇ ਇਹ। ਓ ਜਦ ਤੱਕ ਸਾਡੇ ਜੈਲਦਾਰਾਂ ਦੇ ਦਮ ਚ ਦਮ ਆ, ਸਾਡੀ ਭੈਣ ਦੇ ਘਰ ਨੂੰ ਕੋਈ ਅੱਗ ਲਾ ਦੂ? ਓ ਕਿਉਂ ਤੁਸੀਂ ਭੈਣ ਨੂੰ ਰੰਡੀ ਕਰਾਉਣਾ? ਜਰ ਫਿੱਟੇ ਮੂੰਹ ਤੁਹਾਡੇ, ਲਾਂ ਤਾਂ ਤੁਹਾਡੇ ਤੇ, ਨਾਲੇ ਤੁਹਾਡੇ ਬਣਾਏ ਘਰ ਨੂੰ ਅੱਗ ਕੌਣ ਲਾ ਸਕਦਾ? ਓਏ ਜ਼ੁਬਾਨ ਸੰਭਾਲ ਕੇ ਗੱਲ ਕਰ ਓਏ, ਅਸੀਂ ਜੈਲਦਾਰ ਹੁੰਨੇ ਆ ਜੈਲਦਾਰ, ਇਹ ਸਾਰਾ ਇਲਾਕਾ ਜਾਣਦਾ ਕਿ ਅਸੀਂ ਨੱਚਣਾ ਵੀ ਜਾਣਦੇ ਆ ਤੇ ਨਚਾਉਣਾ ਵੀ ਜਾਣਦੇ ਆ। ਯਾਰ ਉਹ ਤੂੰ ਬਸਰਮ ਕਰ ਥੋੜਾ ਮੋਟਾ ਇਹਨਾਂ ਨੂੰ। ਇੱਕ ਵਾਰ ਆਪਣੇ ਨਾਨਕੇ ਨੇ ਤੋਤਾ ਰੱਖ ਲਿਆ, ਇਹਨਾਂ ਦੇ ਘਰ ਆ ਗਏ ਮਹਿਮਾਨ, ਨੰਬਰ ਬਣਾਉਣ ਦੇ ਮਾਰੇ ਤੋਤੇ ਨੂੰ ਕਹਿੰਦੇ ਚੂਰੀ ਖਾਣੀ ਆ। ਫਿਰ ਤੋਤਾ ਕੀ ਕਹਿੰਦਾ? ਕੰਜਰ ਦੇ ਪੁੱਤੋ ਕੋ ਦੇ ਆਪ ਖਾਧੀ ਆ। ਓਏ ਦਾਦੇ ਮਗਾਉਣਿਓ, ਅਸੀਂ ਅੰਗਰੇਜ਼ ਨਾਲ
ਬਾਹਰ ਚਲੇ ਜਾਣਾ ਤੇ ਤੁਸੀਂ ਸਾਨੂੰ ਥੱਲਿਓ ਟਾ 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 ਕਰਦੇ ਫਿਰੋਗੇ। ਤੁਸੀਂ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਤਾਂ ਅੰਦਰ ਹੀ ਰਹਿੰਦੇ ਹੋ। ਓਏ ਓਏ ਚੁੱਪ ਕਰ ਚੁੱਪ ਕਰ, ਮੇਰਾ ਨਾਮ ਬਖਤੂ ਹੈ ਬਖਤੂ, ਤੇ ਮੈਂ ਵੱਡਿਆਂ ਵੱਡਿਆਂ ਨੂੰ ਵਕਤ ਚ ਪਾ ਦੇਣਾ ਕਿਉਂਕਿ ਸਾਰੇ ਜਾਣਦੇ ਆ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਓਏ ਅਸੀਂ ਕੋਈ ਲੰਡੂ ਪੰਜੂ ਨਹੀਂ, ਅਸੀਂ ਜੈਲਦਾਰ ਹੁੰਨੇ ਆ, ਨਾਲੇ ਸਾਡੀ ਕੋਈ ਇੱਜ਼ਤ ਹੈ। ਜਾਣਦਾ ਮੈਂ ਜਾਣਦਾ, ਜਿਹਨੇ ਮਰੇ ਹੋਏ ਕੁੱਤੇ ਵਾਂਗੂ ਪੈਰ ਸੀਟ ਸੀਟ ਤੁਰਦੇ ਨੇ, ਰਾਤ ਨੂੰ ਟਾਈ ਮਨ ਦਾ ਗਾਡਰ ਚੁੱਕੇ ਵੇਚ ਦਿੰਦੇ ਨੇ। ਓਏ ਮੈਂ ਤੇਰਾ ਬਥਾੜਾ ਭੰਨ ਦੂੰ, ਨੀ ਪੈਣੇ ਸਿੰਦਰੇ, ਓ ਮੈਨੂੰ ਗੁੱਸਾ ਆ ਰਿਹਾ, ਮੈਂ ਇਹਦਾ ਕਤਲ ਕਰ ਦੂੰ। ਓਏ ਨੀ ਸਿੰਦਰੇ ਆ ਜਾ, ਨੀ ਤੇਰੇ ਧਰਮੀ ਬਾਬਲ ਦਾ ਤੇਰੇ ਲਾਡਲੇ ਸਾਨੂੰ ਚਿਹੇੜਾ ਕਰਦੇ ਨੀ ਘੱਟੋ ਘੱਟ। ਇਸ ਕਰਕੇ ਤੂੰ ਤਾਂ ਜਾਣਦੀ ਆ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਨਹੀਂ ਮੰਮੀ ਅਸੀਂ ਤਾਂ ਮਜ਼ਾਕ ਕਰਦੇ ਸੀ। ਮਜ਼ਾਕ ਕਰਦੇ ਸੀ, ਮਜ਼ਾਕ ਕਰਨ ਨੂੰ ਮੈਂ ਥੋੜੀ ਸਾਲ ਹੀ ਲੱਗਦਾ। ਓਹੋ ਕਿਉਂ ਬਾਪੂ ਜਵਾਕਾਂ ਦੇ ਨਾਲ ਜਵਾਕ ਬਣਦਾ, ਨਾਲੇ ਬਾਪੂ ਜੀ ਜਰਾ ਸੋਈ ਚਾਰਕ ਭਾਂਡੇ ਪੈਣੇ ਮੰਜ ਨਾਲੇ ਜਾਇਓ ਤਾਂ। ਤੇ ਤੁਸੀਂ ਮੇਰੇ ਸੂਰਮੇ ਭਾਈ ਹੋ, ਇੱਥੋਂ ਗੋਹਾ ਚੱਕ ਕੇ ਪਥਵਾੜੇ ਸੁੱਟ ਕੇ ਆਓ, ਮੈਂ ਸੁੱਚੇ ਕੇ ਘਰੇ ਭੋਗ ਤੇ ਜਾ ਕੇ ਆਉਣੀ ਹੈ। ਚੰਗਾ ਪੁੱਤ ਤੁਸੀਂ ਜਾ ਕੇ ਖੇਲੋ, ਜਾਓ। ਲਓ ਬਈ ਤੁਹਾਡੀਆਂ ਤਾਂ ਲੱਗ ਗਈਆਂ ਡਿਊਟੀਆਂ। ਇਹੋ ਜਿਹੀਆਂ ਕਰਤੂਤਾਂ ਦੇ ਮਾਲਕੋ ਮੈਂ ਪਹਿਲੇ ਨਾਨਕੇ ਦੇਖੇ ਨੇ, ਜਿਹੜੀ ਆਪਣੀ ਧੀ ਦਾ ਖਾਂਦੇ ਨੇ। ਚੱਲੀ ਯਾਰ। ਯੇ ਜੋ ਫਾਰਮੂਲਾ ਹੈ ਯੇ ਕਿਸੀ ਕੋ ਬਤਾਨਾ ਮਾਤ, ਯੇ ਜੋ ਤੁਮ ਕਿਸੀ ਕੋ ਵੀ ਦੇਗਾ ਵੋ ਏਕਦਮ ਸੇ ਆਪਸੇ ਛੋਟਾ ਹੋ ਜਾਏਗਾ। ਓਕੇ? ਹਾਂ, ਮੈਨੂੰ ਲਾਡੀ ਤੰਗ ਕਰਦਾ। ਰੋਡੂ ਓਏ, ਓ ਰੋਡੂ, ਓ ਰੋਡੂ ਤੇਰਾ ਬਾਬਾ ਕਿੱਥੇ ਓਏ? ਸਾਨੂੰ ਕੀ ਪੂੰਝ ਪੜੀ ਆ, ਸਾਡੀ ਕੀ ਜੇਬ ਚ ਪਾਇਆ, ਸਾਨੂੰ ਕੀ ਸੁਪਨੇ ਆਉਂਦੇ ਨੇ? ਓਏ ਓਏ ਮੇਰਾ ਬਾਪੂ ਤੇ ਜੋਰਾ, ਉਹ ਵੀ ਅੰਦਰ ਸ਼ਰਮ ਨਾਲ ਬੜੇ ਬੈਠੇ ਨੇ। ਤੇਰੇ ਪਿਓ ਨੂੰ ਵੀ ਸ਼ਰਮ ਆਉਂਦੀ ਆ, ਕੀ ਗੱਲ ਹੋ ਗਈ? ਓਏ ਤੇਰਾ ਪਿਓ ਜਾਣੀ ਕਿ ਸਾਡਾ ਸੇੜਿਆ ਹੋਇਆ ਸੱਜਰਾ ਪ੍ਰਾਹੁਣਾ, ਉਹ ਭਰੇ ਪਿੰਡ ਚ ਦਰਵਾਜ਼ੇ ਮੂਹਰੇ ਸਾਡਾ ਜਲੂਸ ਕੱਢ ਰਿਹਾ। ਮੈਂ ਤਾਂ ਆਪ ਲੱਕੀ ਕੀ ਮੋਟਰ ਤੇ ਚੱਲੇ ਆ। ਹਾਂ ਇਹ ਜਲੂਸ ਕੀ ਹੋਤਾ ਹੈ? ਚੱਲ ਆਇਆ, ਤੈਨੂੰ ਉੱਥੇ ਜਾ ਕੇ ਦਿਖਾਉਣਾ। ਓਕੇ ਚਲੋ। ਵਿੱਚੋਂ ਵਿੱਚ ਚੂਰੀ ਜਾਵਾਂ ਕਿਵੇਂ ਕੂੜਾ ਇਹ ਹਟਾਵਾਂ, ਵਿੱਚੋਂ ਵਿੱਚ ਚੂਰੀ ਜਾਵਾਂ ਕਿਵੇਂ ਕੂੜਾ ਇਹ ਹਟਾਵਾਂ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ। ਥੋੜਾ ਡਾਂਸ ਹੋ ਜਾਏ। ਡੰਗਰਾਂ ਤੋਂ ਟੱਪ ਚੱਲੇ ਦੱਸਾਂ ਕੀ ਮੈਂ ਖੋਲ ਕੇ, ਕਰਦੇ ਨੇ ਤੰਗ ਗੰਦੇ ਮੰਦੇ ਬੋਲ ਬੋਲ ਕੇ, ਡੰਗਰਾਂ ਤੋਂ ਟੱਪ ਚੱਲੇ ਦੱਸਾਂ ਕੀ ਮੈਂ ਖੋਲ ਕੇ, ਕਰਦੇ ਨੇ ਤੰਗ ਗੰਦੇ ਮੰਦੇ ਬੋਲ ਬੋਲ ਕੇ, ਕੀ ਮੈਂ ਘੋਲ ਕੇ ਪਲਾਵਾਂ ਕੱਲੇ ਕੱਲੇ ਨੂੰ, ਮੈਂ ਢਾਵਾਂ ਸਹੁਰਾ ਸਾਲੇ ਨਾਲੋਂ ਵੱਧ ਹੱਥੋਂ ਟੱਪਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ। ਥੋੜਾ ਇਮੋਸ਼ਨਲ। ਸਹੁਰਾ ਮੇਰਾ ਸੌ ਲੁੱਚਿਆਂ ਦਾ ਲੁੱਚਾ ਜੀ, ਅਨਪੜ ਸਾਲਾ ਸੌ ਭੁੱਖਿਆਂ ਦਾ ਭੁੱਖਾ ਜੀ, ਸਹੁਰਾ ਮੇਰਾ ਸੌ ਲੁੱਚਿਆਂ ਦਾ ਲੁੱਚਾ ਜੀ, ਅਨਪੜ ਸਾਲਾ ਸੌ ਭੁੱਖਿਆਂ ਦਾ ਭੁੱਖਾ ਜੀ, ਦਾੜੀ ਕਰਦਾ ਏ ਕਾਲੀ ਪੱਗ ਬੰਨੇ ਰੰਗ ਵਾਲੀ, ਰੰਗ ਰੰਗ ਵਿੱਚ ਧੋਖਾ ਏਦੇ ਰਚਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ। ਇਹੋ ਜਿਹੇ ਸਹੁਰੇ ਨਾ ਬਣਾਈ ਤੂੰ ਜਹਾਨ ਤੇ,
ਜਮਾਈ ਦੇ ਪੈਸਿਆਂ ਤੇ ਮੌਜਾਂ ਜਿਹੜੇ ਮਾਣਦੇ ਇਹੋ ਜੇ ਸਹੁਰੇ ਨਾ ਬਣਾਈ ਤੂੰ ਜਹਾਨ ਤੇ ਜਮਾਈ ਦੇ ਪੈਸਿਆਂ ਤੇ ਮੌਜਾਂ ਜਿਹੜੇ ਮਾਣਦੇ ਘਰੋਂ ਸਾਰਾ ਕੁੱਝ ਲੈ ਗਏ ਅੱਗੋਂ ਵੱਢਣੇ ਨੂੰ ਪੈ ਗਏ ਸਾਰਾ ਖੱਲ ਖੂੰਜਾ ਕੁੱਤੇ ਵਾਂਗੂ ਚੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਸਾਰੇ ਪਿੰਡ ਚ ਆਪਣੀ ਚੱਲਦੀ ਹੈ ਸਾਡੀ ਵੀ ਇੱਜ਼ਤ ਹੈ ਗੱਲ ਗੱਲ ਉੱਤੇ ਝੂਠਾ ਨੇਮ ਦਿੰਦੇ ਚੱਕ ਨੇ ਦੂਜੇ ਦੀ ਕਮਾਈ ਉੱਤੇ ਰੱਖਦੇ ਇਹ ਅੱਖ ਨੇ ਗੱਲ ਗੱਲ ਉੱਤੇ ਝੂਠਾ ਨੇਮ ਦਿੰਦੇ ਚੱਕ ਨੇ ਦੂਜੇ ਦੀ ਕਮਾਈ ਉੱਤੇ ਰੱਖਦੇ ਇਹ ਅੱਖ ਨੇ ਹੋਵੇਂ ਜਾਵੇ ਜਿਵੇਂ ਆਇਆ ਧਨ ਧੋਖੇ ਦਾ ਕਮਾਇਆ ਲੈ ਲੈ ਕੇ ਸਵਾਦ ਜਿਹੜਾ ਛਕਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਆਪਣਾ ਖਿਆਲ ਹੈ ਜੀ ਉਹ ਪਿਛਲੇ ਸਾਲ ਆਪਾਂ ਪਰਾਂ ਜੀ ਛੀ ਕਿੱਲੇ ਜ਼ਮੀਨ ਲਈ ਤੇ ਆਹ ਬਾਰਾਂ ਕਿੱਲਿਆਂ ਦਾ ਟਾਕਰ ਛੀ ਕਿੱਲੇ ਨਾਲ ਕੌਡੀ ਹੈ ਨੀ ਪੱਲੇ ਕਹਿਣ ਮਾਲਕ ਜ਼ਗੀਰਾਂ ਦੇ ਢੱਕਦੇ ਨੇ ਨੰਗੇ ਮਰੀਦ ਸਾਲੇ ਲੀਰਾਂ ਦੇ ਕੌਡੀ ਹੈ ਨੀ ਪੱਲੇ ਕਹਿਣ ਮਾਲਕ ਜ਼ਗੀਰਾਂ ਦੇ ਢੱਕਦੇ ਨੇ ਨੰਗੇ ਮਰੀਦ ਸਾਲੇ ਲੀਰਾਂ ਦੇ ਘਰੇ ਪੈ ਗਿਆ ਏ ਕਾਲੇ ਇੰਜ ਸਾਲਿਆਂ ਦਾ ਹਾਲ ਜਿਵੇਂ ਕੁੱਤਾ ਹੋਵੇ ਝਾੜ ਵਿੱਚ ਫਸਿਆ ਮੈਨੂੰ ਚੁੱਲੀ ਚੱਕ ਸਹੁਰਿਆਂ ਨੇ ਪੱਟਿਆ ਮੈਨੂੰ ਜੈਲਦਾਰ ਸਹੁਰਿਆਂ ਨੇ ਪੱਟਿਆ ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਚੁੱਲੀ ਚੱਕ ਸਹੁਰਿਆਂ ਨੇ ਪੱਟਿਆ ਯੇ ਆਪਕਾ ਦਰਦ ਮੈਂ ਸਾਰੀ ਦੁਨੀਆ ਕੋ ਦਿਖਾਉਂਗਾ ਓਏ ਚੌਧਰੀਆ ਬਾਹਰ ਨਿਕਲੋ ਵੱਡਿਆ ਬਦਮਾਸ਼ਾ ਓਏ ਚੌਧਰੀਆ ਓਏ ਚੌਧਰੀ ਤਾਂ ਪਰਲੇ ਪਾਸੇ ਨੇ ਮੈਂ ਤੈਨੂੰ ਚੌਧਰੀ ਲੱਗਦਾ ਸੱਚ ਸੱਚ ਦੱਸ ਓਏ ਮੇਰੀ ਮਾਂ ਦਾ ਸਿਰ ਤੋਂ ਦੁਪੱਟਾ ਕਿਹਨੇ ਲਾਇਆ ਓਏ ਓਏ ਆਪਣੀ ਮਾਂ ਨੂੰ ਪੁੱਛ ਜਿਹਦਾ ਝਾਟਾ ਨੰਗਾ ਮੈਂ ਤੈਨੂੰ ਉੱਥੇ ਮਾਰਾਂਗਾ ਦੁਸ਼ਮਣਾ ਜਿੱਥੇ ਲਿਖਿਆ ਹੋਵੇ ਇੱਥੇ ਬੰਦਾ ਮਾਰਨ ਵਾਲੇ ਨੂੰ 500 ਰੁਪਈਆ ਜੁਰਮਾਨਾ ਮੁੰਡਿਓ ਓ ਰੂਪ ਓ ਟੋਲਿਆ ਓ ਜੀਤ ਹਲਕ ਗਿਆ ਓਏ ਹਾਏ 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 ਬੇ ਜੋਰਿਆ ਬੇ ਮੱਦੀ ਬੇ ਮੇਰੇ ਭਾਈਓ ਕਿੱਥੇ ਹੋ ਤੁਸੀਂ ਬੇ ਕਤਲ ਹੋਣ ਵਾਲੇ ਹੋ ਮੈਂ ਤੇਰੀ ਕੁੜੀ ਚੁੱਕਾਂਗਾ ਚੌਧਰੀਆ ਇਹ ਤਾਂ ਮਤਲਬ ਹੈ ਇਹਨੇ ਜੋਗਰਾਜ ਦੀ ਦਵਾਈ ਖਾ ਲਈ ਹੈ ਮੈਂ ਤੇਰੀਆਂ ਕੁੜੀਆਂ ਚੁੱਕਾਂਗਾ ਚੌਧਰੀਆ ਓਏ ਚੱਕ ਲੈ ਚੱਕ ਮੇਰੇ ਕੋਲੇ ਲੈ ਆਈ ਓਏ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਮੇਰੀ ਗੱਲ ਸੁਣ ਓਏ ਸਾਲਾ ਬਣਿਆ ਕੁੜੀ ਦਾ ਆ ਜੈਦਰਾਂ ਦੀ ਕੁੜੀ ਚੱਕ ਕੇ ਲੈ ਜਾ ਵਾਪਸ ਨਾ ਕਰੀ ਜਾਏ ਬੰਦਾ ਪੁੱਤਾ ਕਬਾੜੀਆਂ ਨੂੰ ਵੇਚ ਮੈਂ ਤੇਰੀ ਕੁੜੀ ਚੁੱਕਾਂਗਾ ਓਏ 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 ਇਹਦਾ ਅਸਰ ਕਿੰਨਾ ਕੁ ਟਾਈਮ ਰਹੂਗਾ ਓਏ ਓ ਬਾਪੂ ਇਹਦਾ ਅਸਰ 15 ਮਿੰਟ ਰਹੂਗਾ ਹਾਏ ਇਹਨੇ ਚਿਰ ਨੂੰ ਤਾਂ ਇਹ ਸਾਰੇ ਪਿੰਡ ਦੀਆਂ ਕੁੜੀਆਂ ਚੱਕ ਕੇ ਲੈ ਜੂ ਓਏ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਓਏ ਕੰਜਰ ਦੇ ਫਰੋ ਇਹਨੂੰ ਘਰੇ ਛੱਡਿਓ ਇਹਨੇ ਜਾਓ ਛੱਡਿਓ ਚੱਕ ਲੈ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਓਏ ਮੈਂ ਮੇਰਾ ਮਤਲਬ ਜੀ ਨੂੰ ਨਾ ਲੈ ਜਾਓ ਇਹਨੂੰ ਕਹੋ ਓਏ ਜਿੰਦੇ ਲਾ ਲੈਣਗੇ ਮਿਸਟਰ ਰੋਡੋ ਕਿਆ ਬਾਤ ਹੈ
उदास क्यों हो? घर में कोई झगड़ा हो गया क्या? नहीं यार, कोई झगड़ा नहीं होया। फिर क्या बात है? पैन देन दे मेरे नानके ने बड़ा दुखी कर रखिया। वो कैसे? साडे घर नू चून चून के खाई जांदे ने। सारा कसूर मेरी मम्मी दा। सिर चाड़ रखे ने नंग। ये नंग क्या होता है? नंग होता है जिसके बल्ले कानी काटी नहीं होती। मैं जवाक हां, जे मेरा वास्ते है ना, मैं कल्ले कल्ले नू भूखे भाजा। हमने तो सुना था कि लोग अपने बेटी के घर का पानी तक नहीं पीते। ले, इन्होंने तो खुद ही खूह खाली करते। कंजर ने है। हां, ये कंजर क्या होता है? जिसको कोई शर्म ना हो, जिसकी कोई इज्जत ना हो। ये कंजर देखने में कैसे होते हैं? जैसे मेरा नाना मामे। मैं तुम्हारा दोस्त हूँ, मैं तुम्हारी क्या मदद कर सकता हूँ? गोरे, कोई ऐसी दवाई बना, फिर इन्हें पता लगू। मेरे पास बहुत बढ़िया दवाई तैयार है। अच्छा? यस, कान करो मेरी तरफ। ठीक है, हुन आओ स्वाद, हुन देखूं बड़े जेलदारा नु। ओ सत ने सोने आने घर रह के आई, फुल चढ़िए नी हुन मेरे को मलाई। डंग दिता तेनु तेरी काली गुत्त ने, काली गुत्त ने। ओ आटे मंग गुनतिया, ओ आजा जरिया। ओ नेड़े रखिए द्वार जिवें मछली दा पत्त, जिवें मछली दा पत्त। ओ आजा जोरे आजा। हा 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 हा, बल्ले भी बल्ले, जैलदार जोरा सिया आज ता बहुत खुश नजर आ रहा। ओए लै बापू, ओए भाई ना खुश होवे, ओए कल नु एदी अंग्रेज ने दवाई तैयार कर देनी है। मैं ता आप ऑर्डर दे रखिया, पता नहीं कल नु मैं की बन जाना है। लै अंग्रेज मेरे वास्ते लियाऊ मेहमान, दो मेरी भी कोई इज्जत है बापू। ओए इज्जत ता ठीक है कुड़े छिंदर, ओ चाह लिया भाई, मैं ता सारा वेड़ा सुंबरता, आ जा हुन मर जानी है। आ गई बापू जी, हुने लियानी है। ओ नारे कुड़िया, गोल जा बिस्कुट ले आई। हां मोटी क्रीम दी तह वाले, चिट्टे चिट्टे। चंगा लियानी है, थोड़ी जान नु बिस्कुटा दा घट है ना। जोरे भाई बिस्कुट आउणगे? ले आउणगे, साडी भी कोई इज्जत है। भाई आजो चाय पी लो। आगी, आगी, सच्ची, आजो, आजो, आजो। आज तो मेरे देसा दे राजे थक गए होने ने काम करके। लो असी किथे थकदे आ भैणे। ले भाई बिस्कुट भी ले ला। आए हाय, चाय तो भैण ने पूरी कंडे वाली बनाई आ। बल्ले भाई छिंदरे, चाय वाली तो तू सिरे ही लाई पई है। ले बापू, तू भी तो बड़ा चंगी तरह संभर के चांदी वांगू चमकाता, हुन तुसी आए करे हो टोका कुतर के मैसा नु नवा दियो, फिर तुसी बेले हो। आ की हो गया? ए मेरे बापू, ए मेरे भाईयो, मैं तो केनी अंग्रेज दा बेड़ा बजे अग लग जे आ गई गुत्त नु। फिर थोड़े चाचे ने रोडू कड ले कृपान। ओए अच्छा चाचा। फिर चाचा। ओए फिर लाके भी मुंडिया नु अगे, क्या हुन दसो? ओए मेरे पैरी डिग के कहन लगे, सानू माफ कर दियो बोला जी। ओए नहीं छटांगा, ओए नहीं छटांगा, ओए नहीं छटांगा। चाचा चाचा बदमाशी। हाँ हाँ चाचा, बाई बाई मुंडे। हाँ हाँ। ओए ओए रौला ना पाओ, मैं थोड़ा सारे दा सिर धर नालों अलग कर दूंगा। ओए 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 मुच्छा मना के मक्खी रखा के बदमाशी करन आले। ओए आई 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 आई
मैं तो फुरे च बंदा मार देना फुरे च। मन्ना ये क्या हो रहा है? चित्र परेड हो रही है, और की हो रही है? ओ, अंग्रेजी मैं जी हैप्पी बदमाश मच्छर बदमाश दा चेला। ओ जगदेव भाई ओ कर फोटो भाई अंग्रेज नाल, इधर भी कर दे। उस्ताद है साडा। कौन है आप? मैं जी एक मामूली जा बदमाश हाँ जी। मैं इन्ना कमजोर हाँ, मैथों कोई बंदा नहीं डरदा। मैं ट्राली चो गन्ना खिंचना ओ नहीं खिंचा जांदा। ठकठवर बनना है। हाँ जी मेरा ग्रेट अली जिड्डा कद होवे, अरनौल जिड्डे होन डोले, रॉक वर्गी होवे छाती। हाँ दवाई तैयार है, आजो अंदर। ओके कम ऑन कम ऑन, आजो 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 प्यार भी हूँ देखी। ओए अरनौल जिड्डा कद, खाली जिड्डे डोले, रॉक जिड्डी छाती। बदमाशो आजो। देख चाचा। ओए बल्ले तेरे रोडू शेरा, ओए ओए तू तो कमाल ही करता। हुण मैनू ऐ दस रोडू, इन्ना चारा चो हैप्पी केड़ा ओए? आसी मैं थोनू कहा सी ना, मैं बीवी मुंडे अगे लाए हुए ने। हुण देखो तू मेरे थप्पड़ मारिया सी ना। ए हा ओए क्यों देखी थोड़े चाचे दी बहादुरी? नी मत्था देख दिया अम्मा जी। नी देबो वो नी अंग्रेज ने की कसम लपा रखे पिंड दे विच। नी पुछना कुछ अम्मा जी, पता नहीं की कुछ हो के रहू। नी गुरुद्वारे वाला भाई जी ता शायद ही बचे। मुंह में मच गई की गल है? नी की होना सी? हां मचने अंग्रेज तो चमकीला बन दी दवाई खाली। फिर की बस तड़के 4 बजे उठ के गुरुद्वारे रेडुए दे विच बोलन लग गया चमकीले वाले गीत गाउण। सारा पिंड कट्ठा हो गया चंगा फेंटिया। इन्ना कुटिया इन्ना कुटिया रहे रब दा नोबल वीर कुड़े। आ हरीका गुरदीप नी? आहो फिंदरा बापू। हां 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 सट्टा जा खाई फिरदा। अच्छा रज्जा होया दारू दा? नी ओ कहंदा मैं सनी दे और बनना सारे पिंड दे नाल के बटते। नी बटते नी आ सिंबियां दी बचनो नी पाले दी बेबे। हां नी एने मलक शराब तमाने दी दवाई खाली हो तो ਹੁਣ ਕਸੂਤੇ ਦੇ ਕੱਪੜੇ ਪਾ ਕੇ ਸਾਰੇ ਪਿੰਡ ਚ ਬੀਆਂ ਚ ਫਿਰਦੀ ਆ ਧੱਕੇ ਖਾਂਦੀ। ਵਾਗਰੂ ਵਾਗਰੂ ਵਾਗਰੂ। ਹਾਂ ਮੈਂ ਆਪਣੇ ਵਾਲੇ ਕੰਜਰ ਨੂੰ ਤਾਂ ਅੰਦਰੀ ਜਿੰਦਾ ਲਾਇਆ ਈ, ਕਹਿੰਦਾ ਮੈਂ ਅਮਰੀਸ਼ਪੁਰੀ ਬਣੂ। ਮੈਂ ਪੁੱਛਿਆ ਕਿਆ ਨਪੁੱਤੇ ਦੇ ਡੰਗਰਾਂ ਨੂੰ ਕੱਖ ਆਉਣ ਪਾਊ? ਭੈਣੇ ਮੈਂ ਤਾਂ ਦਾਣੇ ਫੇਰ ਹੀ ਬਣਾਊ, ਮੇਰੇ ਤਾਂ ਆਪ ਕਲਾਸ਼ਣੇ ਨੇ, ਕਿਤੇ ਹੋਰ ਹੀ ਨਾ ਕੁਛ ਬਣ ਕੇ ਬਹਿ ਜਾਣ। ਮੈਂ ਤਾਂ ਜਾਂਦੀ ਆ ਪਰ ਪਤਾ ਨੀ ਹੁਣ ਪਿੰਡ ਦਾ ਕੀ ਬਣੂਗਾ। ਓ ਬਾਪੂ ਬਾਬੀ ਬਾਬੀ मुर्गा बन गया, रात खादी पीती जी किते नाइयां ने मुर्गा बना लिया। ओदा तड़के पता लग्या भी असीं तां प्यो ही खा गए। नी भाभी हुण तां पुलसां भी आउणगीआं। हुण आपां की करांगे? हुण आपां की करांगे? हुण तां भैण दे दी पुलिस ही करूगी जो कुछ करूगी। ਖਾਣਾ ਦੀ ਬੁੜੀ ਵੀ ਮਰ ਗਈ। ਬੇ ਉਹਨੂੰ ਕੀ ਹੋ ਗਿਆ? ਮੰਮੀ ਉਹਨੇ ਸਪਾਈਡਰ ਵੂਮਨ ਬਣ ਦੀ ਦਵਾਈ ਖਾਦੀ ਸੀ। ਓਏ ਉਹ ਕਿਵੇਂ ਮਰ ਗਈ ਓਏ? ਛਾਲਾ ਮਾਰਦੀ ਫਿਰਦੀ ਸੀ, ਕਦੇ ਟੈਂਕੀ ਤੇ ਚੜ ਜਾਂਦੀ ਸੀ ਕਦੇ ਕਿਤੇ। ਅੱਜ ਤੜਕੇ ਛੱਡ ਕੇ ਬਿਨੇ ਤਰ੍ਹਾਂ ਚ ਫਸ ਗਈ। ਜਿਵੇਂ ਕਾ ਲੜਕਦਾ ਹੁੰਦਾ ਭੈਣ ਦੇ ਨਹੀਂ ਓਏ ਲੜਕ ਰਹੀ ਸੀ। ਭਾਈ ਸ਼ੁਕਰ ਹੈ ਹਲੇ ਮੈਂ ਨਹੀਂ ਦਵਾਈ ਖਾਦੀ। ਖਾਣ ਵੀ ਆ ਰਹੀ ਆ ਚੱਕੀ ਇੱਧਰ ਆ ਰਹੇ ਨੇ। ਹਾਏ ਬੇ ਮੇਰਾ ਭਰਾ ਮੱਦੀ ਦੇ ਜੋਰਾ ਵੀ ਨਹੀਂ ਕੁਝ ਕਰਨ ਜੋਗੇ ਹੈਗੇ। ਓ ਭਾਈ ਭਾਈ ਅੰਦਰ ਬੈਠ ਜਾ, ਮੈਨੂੰ ਬਾਵਣਾ ਨੇ ਕੁੱਟਿਆ। ਭਾਈ ਪੰਗਾ ਲਿਆ ਹੋਣਾ ਕੁੜੀ ਛੇੜੀ ਦੇ ਬਾਵਣਾ ਦੀ ਸਾਲੇ ਦੀ ਲੱਗਦੀ ਹੈ ਕੁੜੀ ਦੀ ਏ। ਉਹ ਬਾਵਣਾ ਦਾ ਵੀਰੂ ਨਹੀਂ ਹੈਗਾ? ਹਾਂ ਵੀ ਉਹ ਦਲੇਰ ਹੋਣ ਦੀ ਦਵਾਈ ਲੈ ਗਿਆ ਸੀ, ਸ਼ੇਰ ਬਣ ਗਿਆ। ਹਾਏ ਡੰਗਰ ਬੱਚੇ ਕੱਟੇ ਸਭ ਕੁਝ ਖਾ ਗਿਆ। ਉਹ ਤਾਂ ਸ਼ੁਕਰ ਕਰੋ ਅੰਦਰ ਬੰਦ ਕਰਤਾ, ਨਹੀਂ ਉਹਦੇ ਜਵਾਕਾਂ ਨੂੰ ਖਾ ਜਾਂਦਾ। ਨਹੀਂ ਅੰਦਰ ਬੈਠ ਜਾ। ਸਰੰਗਾ ਉਸਤਾਦ ਮੈਨੂੰ ਬਚਾ ਲਓ ਜੀ, ਮੈਨੂੰ ਆਪਣੇ ਚਰਨੀ ਲਾ ਲਓ ਜੀ।
ਆਏ ਮੇਰਾ ਰੰਗਾ ਦਾੜੀ ਫ੍ਰੈਂਚ ਸਿਰ ਤੋਂ ਗੰਜਾ ਕੌਣ ਹੈ ਤੂੰ ਮੈਂ ਜੀ ਹੈਪੀ ਬਦਮਾਸ਼ ਹਾਂ ਜੀ ਮੈਂ ਜੀ ਬਹੁਤ ਕਮਜ਼ੋਰ ਬਦਮਾਸ਼ ਹਾਂ ਜੀ ਮੈਥੋਂ ਟਰਾਲੀ ਚੋਂ ਗੰਨਾ ਨਹੀਂ ਖਿੱਚਿਆ ਜਾਂਦਾ ਮੇਰੀ ਤਾਂ ਜਮੀ ਪੱਟੀ ਮਿਸ ਹੋ ਗਈ ਆ ਬੁੜੀਆਂ ਮੈਥੋਂ ਕਬਜ਼ੇ ਲੈ ਜਾਣ ਲੱਗ ਗਈਆਂ ਨਾਲੇ ਸਾਡਾ ਪਿੰਡ ਤਾਂ ਬਾਬੇ ਸਾਰੇ ਜਾਨਵਰਾਂ ਦਾ ਬਣਿਆ ਪਿਆ ਗਾ ਮੈਂ ਤਾਂ ਆਪਦੀ ਜਾਨ ਬਚਾਉਂਦਾ ਭੱਜ ਕੇ ਆਇਆ ਗਾ ਕੈਲਾ ਬੜਾ ਜੀ ਕੈਲਾ ਬੜਾ ਕਿਹੜਾ ਕੈਲਾ ਬੜਾ ਆਉਤੀ ਜੀ ਓਏ ਕੈਲਾ ਬੜਾ ਨੀ ਇੱਥੇ ਜਾ ਇੱਥੇ ਜਾ ਮੇਰਾ ਪੱਗ ਬੱਟ ਭਰਾ ਸੀ ਗਰਦਾਰ ਹੈ ਸਾਰਾ ਗਰਦਾਰ ਓਏ ਇਹਨੇ ਮੇਰੇ ਨਾਲ ਗਰਦਾਰੀ ਕੀਤੀ ਏ ਰੰਗੇ ਦਾ ਇੱਕੋ ਇੱਕ ਮਕਸਦ ਹੈ ਬਸ ਤੇਜੇ ਨੂੰ ਖਤਮ ਕਰਨਾ ਪਤਾ ਨੀ ਕਿੱਥੇ ਆ ਸਾਲਾ ਇਹ ਤਾਂ ਜੀ ਈਲਵਾਲ ਚ ਕੈਲੇ ਬੁੜੇ ਦੇ ਨਾਂ ਨਾਲ ਮਸ਼ਹੂਰ ਹੈ ਈਲਵਾਲ ਓਏ ਕਿਹੜਾ ਈਲਵਾਲ ਉਹ ਈਲਵਾਲ ਜੀ ਸੰਗਰੂਰ ਤੋਂ 7 ਕਿਲੋਮੀਟਰ ਦੂਰ ਹੈ ਈਲਵਾਲ ਕਿਆ ਹੋ ਰਹਾ ਹੈ ਮੇਰੀ ਭੈਣ ਦੇ ਫੇਰੇ ਹੋ ਰਹੇ ਨੇ ਓ ਵੈਰੀ ਇੰਟਰਸਟਿੰਗ ਫੇਰਾ ਓਏ ਲੱਗਦਾ ਫੇਰਿਆਂ ਦੇ ਲੋਕ ਭੜ ਕੇ ਫਿਰਦੇ ਨੇ ਹੁਣ ਤੇਰੇ ਟੋਟੇ ਕਰਨਗੇ ਟੋਟੇ ਹਾਂ ਓ ਤੈਨੂੰ ਮਾਰਨਗੇ ਤੈਨੂੰ ਵੱਢਣਗੇ ਹੁਣ ਮੁਝੇ ਕਿਉਂ ਮਾਰਨਗੇ ਓ ਮੇਰਾ ਸਾਲਿਆ ਸਾਰਾ ਪਿੰਡ ਜਾਨਵਰਾਂ ਦਾ ਬਣਾਤਾ ਹੋਰ ਤੇਰੇ ਫੁੱਲਾਂ ਦੇ ਹਾਰ ਪਾਉਣਗੇ ਓਏ ਓਏ ਛੇਤੀ ਫਾਰਮੂਲਾ ਤਿਆਰ ਕਰ ਦੇ ਓਏ ਲੋਕਾਂ ਨੂੰ ਪਹਿਲਾਂ ਵਰਗਾ ਕਰ ਦੇ ਓਏ 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 ਹੁਣ ਕੀ ਕਰੀਏ ਹੁਣ ਕੀ ਕਰੀਏ ਓਏ ਬਾਪੂ ਓਏ ਲੋਕ ਤਾਂ ਹੋਰ ਭੜਕ ਰਹੇ ਨੇ ਤੁਸੀਂ ਲੋਕਾਂ ਨੂੰ ਸੰਭਾਲੋ ਅਸੀਂ ਦੇਖਦੇ ਹਾਂ ਝੱਟ ਅੰਗਰੇਜ਼ ਨੇ ਦਾਰੂ ਪੀ ਕੇ ਸਾਨੂੰ ਕਈ ਫਾਰਮੂਲੇ ਦੱਸੇ ਸੀ ਓ ਜਾਓ ਹਾਂ ਓ ਜਾਓ ਜਾਓ ਛੇਤੀ ਨਾ ਜਾਓ ਜਾਓ ਓ ਬਸ ਕੇਕ ਤੋੜ ਤੋੜਣਗੇ ਓ ਕੇਕ ਟੁੱਟ ਜੂਏ ਓ ਸਾਡਾ ਕੇਕ ਟੁੱਟ ਜੂ ਮੈਂ ਨਹੀਂ ਪੀਂਦਾ ਬਾਈ ਜੀ ਮੈਂ ਬੰਦਾ ਨਾ ਬਣਾ ਫੇਰ ਮੈਂ ਹੀ ਕਰੂੰ ਯਾਰ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਪੀ ਯਾਰ ਮੈਂ ਨਹੀਂ ਪੀਂਦਾ ਯਾਰ ਪੀ ਮੈਂ ਕਿਹਾ ਸਕਿੰਟਾਂ ਚ ਇੱਕ ਸਕਿੰਟ ਜਾਗਲਾ ਪਹਿਲਾਂ ਵਰਗਾ ਹੋਜੂ ਨਾ ਇਹ ਦਵਾਈ ਤੁਸੀਂ ਆਪ ਤਿਆਰ ਕਰੀ ਆਓ
ਕੱਲੇ ਬੁੱਢੇ ਦੇ ਪੋਤੇ ਆ ਕੋਈ ਮਾਮੂਲੀ ਗੱਲ ਹੈ ਹਾਏ ਬੂ ਬੇ ਮੱਦੀ ਨੂੰ ਤਾਂ ਭੋਕ ਲੱਗੀ ਭੋਕ ਤਾਂ ਲੱਗੂਗੀ ਜੇ ਸਾਰਾ ਦਿਨ ਤਾਂ ਮੱਝਾਂ ਚੁੰਗਦਾ ਰਹਿਦੀ ਹੋ ਲੈ ਮੰਮੀ ਉਹਨਾਂ ਨੂੰ ਆ ਦਵਾਈ ਪਿਲਾ ਦੇ ਆਪ ਹੀ ਠੀਕ ਹੋ ਜਾਣਗੇ ਬੇ ਇਹਦੇ ਨਾਲ ਬੰਦੇ ਤਾਂ ਬਣ ਜਾਣਗੇ ਓਹੋ ਭਾਬੀ ਉਹਨਾਂ ਨੂੰ ਬੰਦੇ ਬਣਾਉਣ ਦੀ ਕੀ ਲੋੜ ਹੈ ਚੁੱਪ ਕਰ ਬੇ ਹਾਏ ਬੇ ਮੱਦੀ ਬੇ ਜੋ ਰਿਆ ਮੈਂ ਆ ਗਈ ਬੇ ਓਏ ਹੁਣ ਛੇਤੀ ਦਿਨੇ ਲੋਕਾਂ ਨੂੰ ਦਵਾਈ ਪਿਆ ਦੋ ਏ ਖੋਲ ਦੇ ਦਰਵਾਜ਼ਾ ਓ ਮਾਰ ਨਹੀਂ ਰੱਖ ਓਏ ਆਗੇ ਭਾਈ ਆਗੇ ਓਏ ਆਗੇ ਬਸ ਓ ਲੋਕੋ ਖੜ ਜਾ ਖੜ ਜਾ ਦੀ ਗੱਲ ਸੁਣ ਲੋ ਖੜ ਭਾਈ ਤੇ ਹੋਰਾਂ ਦੇ ਆਲੋ ਜਿਹੜੇ ਖੜ ਜਾ ਦੂਰ ਸਣੇ ਹੋਏ ਸੂਰ ਲੈ ਕੇ ਆ ਜਾ ਵੀ ਨਾਲ ਲਿਓ ਓਏ ਰੌਲਾ ਨਾ ਪਾਓ ਓਏ ਅੰਗਰੇਜ਼ ਨੇ ਦਵਾਈ ਤਿਆਰ ਕਰਤੀ ਓ ਮਾਰੇ ਨਾ ਮਾਰੇ ਨਾ ਓ ਭਾਈ ਭਾਈ ਰੁਕੋ ਓ ਭਾਈ ਚੁੱਪ ਚੁੱਪ ਓ ਭਾਈ ਮੇਰੀ ਗੱਲ ਸੁਣੋ ਓਏ ਦਵਾਈ ਤਿਆਰ ਹੋ ਗਈ ਹੈ ਸਾਰਿਆਂ ਦੇ ਹੁਣ ਡੰਗਰ ਬੱਚੇ ਬੰਦੇ ਬਣ ਜਾਣਗੇ ਓ ਭਾਈ ਬਣ ਕੇ ਦਵਾਈ ਤਿਆਰ ਹੋ ਗਈ ਓ ਭੱਜ ਲੋ ਮੇਰੇ ਨਾਲ ਲੋ ਭੱਜ ਲੋ ਦਰਵਾਜ਼ਾ ਲਾ ਲੋ ਓਏ ਲਾ ਲਾ ਕੁੰਡਾ ਲਾ ਦੇ ਕੁੰਡਾ ਕੁੰਡਾ ਲਾ ਲਾ ਕੁੰਡਾ ਲੈ ਭਾਈ ਜੋਰਿਆ ਪੀ ਦਵਾਈ ਲੈ ਬਾਪੂ ਤੂੰ ਵੀ ਪੀ ਲਾ ਦਵਾਈ ਲੈ ਮੱਦੀ ਲੈ ਪੀ ਲਾ ਮੇਰੇ ਧਰਮੀ ਬਾਬਲਾ ਪੀ ਲਾ ਲੈ ਮੱਦੀ ਤੂੰ ਵੀ ਪੀ ਲਾ ਪੀ ਲਾ ਹੇ ਰੱਬਾ ਕੋਈ ਕਿਰਪਾ ਕਰ ਦੇ ਮੇਰੇ ਖਾਨਦਾਨ ਤੇ ਲੈ ਬਾਪੂ ਪੀ ਲਾ ਤੂੰ ਵੀ ਪੀ ਲਾ ਮੇਰੇ ਛੋਟੇ ਭਾਈਆ ਹੇ ਰੱਬਾ ਕੋਈ ਕਿਰਪਾ ਕਰ ਦੇ ਨਾ ਤੇ ਹਾਏ ਭੈਣੇ ਬਾਪੂ ਤੂੰ ਠੀਕ ਹੋ ਗਿਆ ਵੀਰੇ ਵੀਰੇ ਹੇ ਵੀਰੇ ਸ਼ੁਕਰ ਹੈ ਤੁਸੀਂ ਬੰਦੇ ਬਣ ਗਏ ਆ ਭੈਣੇ ਬਾਪੂ ਨੇ ਟੀਟਣੇ ਮਾਰ ਮਾਰ ਕੇ ਮੇਰੀਆਂ ਬੱਖੀਆਂ ਸਜਾਤੀਆਂ ਸਿੰਦਰੇ ਇਹਨੇ ਤਾਂ ਮੋਕ ਮਾਰ ਮਾਰ ਕੇ ਮੇਰੇ ਤਾਂ ਪੈਰ ਲਵੇੜ ਕੇ ਰੱਖਤੇ ਓਏ ਆ ਬਾਪੂ ਤੂੰ ਇੱਕ ਦਿਨ ਮੇਰੀ ਪੂਛ ਤੇ ਪੈਰ ਤਰਤਾ ਮੇਰਾ ਭੌਂਗਦੇ ਦਾ ਸੰਗ ਖਰਾਬ ਹੋ ਗਿਆ ਪਰ ਤੂੰ ਪੂਛ ਤੋਂ ਪੈਰ ਨਾ ਚੱਕਿਆ ਅੱਜ ਤਾਂ ਸਾਡੀ ਵੀ ਇੱਜ਼ਤ ਆ ਯਾਰ ਚੰਗਾ ਚੰਗਾ ਰੱਬ ਦਾ ਸ਼ੁਕਰ ਕਰੋ ਹੇ ਸੱਚੇ ਪਾਤਸ਼ਾਹ ਤੂੰ ਮੇਰੇ ਖਾਨਦਾਨ ਨੂੰ ਠੀਕ ਕਰਤਾ ਸੱਚੇ ਪਾਤਸ਼ਾਹ ਠੀਕ ਕਰਤਾ ਤੂੰ ਮੇਰੇ ਖਾਨਦਾਨ ਨੂੰ ਮੇਰੀ ਵਜ੍ਹਾ ਕਰਕੇ ਆਪਕੋ ਬਹੁਤ ਤਕਲੀਫ ਹੁਆ ਸੌਰੀ ਅੰਕਲ ਮੈਨੇ ਕੁਦਰਤ ਕੇ ਸਾਥ ਇਤਨਾ ਬੜਾ ਮਜ਼ਾਕ ਕੀਆ ਹੈ ਮੁਝੇ ਇਸਕੀ ਸਜ਼ਾ ਗੋਡ ਦੇਗਾ ਓਏ ਕਿਤੇ ਪੁਲਿਸ ਨਾ ਆ ਜਾਏ ਨਾਈਆਂ ਦੇ ਬੁੜੇ ਦਾ ਕਤਲ ਨਾਈਆਂ ਦੀ ਬੁੜੀ ਦਾ ਕਤਲ ਬਾਹਮਣਾਂ ਦੇ ਬੁੜੇ ਦਾ ਕਤਲ ਦਖਾਣਾ ਦੀ ਬੁੜੀ ਦਾ ਕਤਲ ਤੇਰੇ ਜੁੰਮੇ ਨੇ ਮੈਂ ਉਨਸੇ ਸੌਰੀ ਮੰਗ ਲੂੰਗਾ ਲੈ ਬੰਦੇ ਮਾਰ ਕੇ ਹੁਣੇ ਸੌਰੀ ਮੰਗੂਗਾ ਤੁਸੀਂ ਅੰਗਰੇਜ਼ਾਂ ਨੇ ਐਡੇ ਐਡੇ ਹਥਿਆਰ ਬਣਾਤੇ ਪਰਮਾਣੂ ਬੰਬ ਬਣਾਤੇ ਓਏ ਤੁਸੀਂ ਇੱਕ ਦਿਨ ਦੁਨੀਆ ਤਬਾਹ ਕਰਕੇ ਛੱਡੋਗੇ ਮੰਨਿਆ ਤੁਹਾਡੀ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਬੱਚੇ ਤੱਕ ਟਿਊਬਾਂ 'ਚ ਪੈਦਾ ਹੋ ਰਹੇ ਨੇ ਪਰ ਤੁਹਾਡੀ ਸਾਇੰਸ ਮੌਤ ਦਾ ਰਾਹ ਨਹੀਂ ਲੱਭ ਸਕੀ ਆਪਾਂ ਜੋ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਉਹਦੇ ਨਤੀਜੇ ਬਹੁਤ ਭੈੜੇ ਨਿਕਲਣੇ ਨੇ ਸਾਡੇ ਲੋਕ ਵੀ ਦਰਖਤ ਕੱਟ ਰਹੇ ਨੇ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਪ੍ਰਾਣੀਆਂ ਨੂੰ ਅੱਗ ਲਾ ਰਹੇ ਨੇ ਪ੍ਰਦੂਸ਼ਣ ਫੈਲਾ ਰਹੇ ਨੇ ਇਸੇ ਕਰਕੇ ਬੇਮੌਸਮੀਆਂ ਬਾਰਿਸ਼ਾਂ ਹੋ ਰਹੀਆਂ ਨੇ ਸੁਨਾਮੀ ਲਹਿਰਾਂ ਆ ਰਹੀਆਂ ਨੇ ਭੂਚਾਲ ਆ ਰਹੇ ਨੇ ਤੂੰ ਐਸੀ ਦਵਾਈ ਤਾਂ ਬਣਾ ਲਈ ਜਿਹੜੀ ਬੁੱਢੇ ਨੂੰ ਜਵਾਨ ਕਰ ਦੇਵੇ ਕੋਈ ਐਸੀ ਦਵਾਈ ਤਿਆਰ ਕਰ ਜਿਹਦੇ ਨਾਲ ਨਫ਼ਰਤ ਖਤਮ ਹੋਵੇ ਕੋਈ ਐਸੀ ਦਵਾਈ ਤਿਆਰ ਕਰ ਜਿਹਦੇ ਨਾਲ ਦਾਜ ਦਾ ਕੋਡ ਖਤਮ ਹੋਵੇ ਭਰੂਣ ਹੱਤਿਆ ਖਤਮ ਹੋਵੇ ਕੋਈ ਉਹ ਦਵਾਈ ਬਣਾ ਜਿਹਦੇ ਨਾਲ ਨਸ਼ੇ ਦਾ ਕੋਡ ਖਤਮ ਹੋਵੇ ਆਪ ਲੋਕਾਂ ਨੇ ਮੇਰੀ ਅੱਖਾਂ ਖੋਲ ਦੀ ਚੱਲ ਠੀਕ ਹੈ ਤੂੰ ਹੁਣ ਆਪਦਾ ਜੁਲੀ ਚੱਪੜਾ ਚੱਕ ਜੇ ਪੁਲਿਸ ਆ ਗਈ ਤਾਂ ਤੇਰੇ ਤੇ ਕੇਸ ਪੈ ਜਾਊਗਾ ਅਸੀਂ ਆਪ ਹੀ ਸੰਭਾਲ ਲਾਂਗੇ ਪੁਲਿਸ ਨੂੰ ਨਾਲੇ ਤੇਰਾ ਪਾਸਪੋਰਟ ਜ਼ਬਤ ਹੋ ਜਾਊਗਾ ਓਏ ਨਾਲੇ ਤੂੰ ਮੇਰੇ ਯਾਰ ਜੋਗਾ ਸਿੰਘ ਜਗਾੜੀ ਦਾ ਮੁੰਡਾ ਹੈ ਇੱਥੋਂ ਸਹੀ ਸਲਾਮਤ ਉੱਥੇ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਮੈਨੇ ਆਪਣੇ ਫਾਦਰ ਸੇ ਸੁਣਾ ਥਾ ਕਿ ਪੰਜਾਬੀ ਬਹੁਤ ਅੱਛੇ ਲੋਕ ਹੋਤੇ ਹੈ ਇਹ ਲੋਕ ਇੱਕ ਦੂਸਰੇ ਕੇ ਲੀਏ ਆਪਣੀ ਜਾਨ ਦੇ ਦੇਤੇ ਹੈ ਮਗਰ ਅੱਜ ਮੈਨੇ ਦੇਖ ਵੀ ਲਿਆ ਮੁਝੇ ਮਾਨ ਹੈ ਕਿ ਮੈਂ ਵੀ ਇੱਕ ਪੰਜਾਬੀ ਹੂੰ ਮੈਂ ਵੀ ਜੋਗਾ ਸਿੰਘ ਕੀ ਔਲਾਦ ਹੂੰ ਮੈਂ ਤੁਹਾਡੀ ਫੈਮਿਲੀ ਕਾ ਕਭੀ ਵੀ ਅਹਿਸਾਨ ਨਹੀਂ ਭੁੱਲੂੰਗਾ ਮੁਝੇ ਮਾਫ਼ ਕਰ ਦੋ ਚੰਗਾ ਚੰਗਾ ਹੁਣ ਛੇਤੀ ਜਾ ਤੇ ਜੋਗਾ ਸਿੰਘ ਜਗਾੜੀ ਨੂੰ ਆਖੀ ਵੀ ਕੈਲਾ ਤੈਨੂੰ ਬਹੁਤ ਯਾਦ ਕਰਦਾ ਜਾ ਸਤਿਕਾਲ ਅੰਗਰੇਜ਼ ਜੀ ਮੇਰੇ ਵਾਸਤੇ ਮੇਮ ਦਾ ਪ੍ਰਬੰਧ ਮੇਰਾ ਮਤਲਬ ਇਹਦੇ ਵਾਸਤੇ ਮੇਮ ਦਾ ਪ੍ਰਬੰਧ ਜ਼ਰੂਰ ਕਰ ਦੇਣਾ ਚਲੋ ਅੰਗਰੇਜ਼ ਜੀ ਓਕੇ ਸੀ ਯੂ ਮਾਈ ਬ੍ਰਦਰ ਮੇਰਾ ਤਾਂ ਪਾਸਪੋਰਟ ਨਹੀਂ ਹੈਗਾ ਨਹੀਂ ਮੈਂ ਤੇਰੇ ਨਾਲ ਹੀ ਵਗ ਜਾਂਦਾ ਬਾਏ 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 ਬਾਏ
ਟਾਟਾ। ਸਾਡੀ ਦਿਨ ਵਰਗੀ ਰੱਬ ਰਾਤ ਹੋਵੇ, ਸਾਡੀ ਦਿਨ ਵਰਗੀ ਰੱਬ ਰਾਤ ਹੋਵੇ।